ਸਤਿ ਸ਼੍ਰੀ ਅਕਾਲ ਨਮਸਕਾਰ ਤੇ ਆਦਾਬ ਮੈਂ ਹਾਂ ਹਰਜਿੰਦਰ ਕੌਰ ਮਾਂਗਰ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਸਵਾਗਤ ਹੈ ਜੀ ਸਾਰਿਆਂ ਦਾ ਪ੍ਰੋਗਰਾਮ ਸਫਰ ਇੰਡੀਆ ਟੂ ਆਸਟ੍ਰੇਲੀਆ ਤੇ ਮੇਰੇ ਮਹਿਮਾਨ ਮੇਰੇ ਕੋਲ ਆ ਚੁੱਕੇ ਨੇ ਤੇ ਅਸੀਂ ਉਹਨਾਂ ਨਾਲ ਜਾਣਕਾਰੀ ਲਈ ਗੱਲਬਾਤ ਕਰਦੇ ਹਾਂ ਤੇ ਸਵਾਗਤ ਕਰਦੇ ਹਾਂ ਜੀ ਹਰਦੀਪ ਸਿੰਘ ਜੀ ਤੇ ਰਾਜ ਕੌਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸਫਰ ਦੇ ਵਿੱਚ ਕਿੱਦਾਂ ਜੀ ਠੀਕ ਠਾਕ ਹੋ ਤੁਸੀਂ ਬਹੁਤ ਵਧੀਆ ਚੜ੍ਹਦੀ ਕਲਾ ਜੀ ਤੁਹਾਡਾ ਹਰਦੀਪ ਸਿੰਘ ਜੀ ਪੰਜਾਬ ਤੋਂ ਕਿੱਥੋਂ ਸਫਰ ਸ਼ੁਰੂ ਹੋਇਆ ਇਸ ਪੰਜਾਬ ਤੋਂ ਜੀ ਹੈਗਾ ਡਿਸਟ੍ਰਿਕਟ ਹਸ਼ਿਆਰਪੁਰ ਪਿੰਡ ਹੈਗਾ ਨੰਗਲਾ ਖਲਾ ਅੱਛਾ ਜੀ ਤੇ ਰਾਜਕੌਰ ਜੀ ਤੁਸੀਂ ਵੀ ਹਸ਼ਿਆਰਪੁਰ ਤੋਂ ਹਾਂ ਜੀ ਸਾਡਾ ਡਿਸਟ੍ਰਿਕਟ ਸੇਮ ਹੀ ਆ ਤੇ 15 20 ਮਿੰਟ ਦਾ ਹੀ ਸਾਡਾ ਰਾਸਤਾ ਹੈਗਾ ਘਰ ਦਾ ਸੋ ਅਸ ਮੈਂ ਪਿੰਡ ਬਿੰਜੋ ਤੋਂ ਬਿਲੋਂਗ ਕਰਦੀ ਹਾਂ ਅੱਛਾ ਹਾਂ ਜੀ ਪੜ੍ਹਾਈ ਲਿਖਾਈ ਸਾਰੀ ਪੰਜਾਬ ਤੋਂ ਹੀ ਹੋਈ ਫਿਰ ਹਾਂ ਜੀ ਮੈਂ 10th ਕੀਤੀ ਸੀਗੀ ਪਿੰਡ ਦੇ ਸਕੂਲ ਤੋਂ ਫਿਰ ਉਸ ਤੋਂ ਬਾਅਦ ਖਾਲਸਾ ਕਾਲਜ ਮਾਰਪੁਰ ਤੋਂ ਮੇਰੀ ਫਿਨਿਸ਼ ਹੋਈ ਸੀ ਗ੍ਰੈਜੂਏਸ਼ਨ ਫਿਰ ਪੋਸਟ ਗ੍ਰੈਜੂਏਸ਼ਨ ਮੇਰੀ ਫਿਨਿਸ਼ ਹੋਈ ਗਰਲਸ ਕਾਲਜ ਕਮਲਾ ਨਹਿਰੂ ਫਗਵਾੜਿਆ ਉਸ ਤੋਂ ਬਾਅਦ ਫਿਰ ਮੈਨੂੰ ਐਜ਼ ਅ ਲੈਕਚਰਰ ਜੋਬ ਮਿਲ ਗਈ ਸੀਗੀ ਤੇ 2 ਸਾਲ ਮੈਂ ਜੋਬ ਕੀਤੀ ਐਜ਼ ਅ ਲੈਕਚਰਰ ਫਿਰ ਉਸ ਤੋਂ ਬਾਅਦ ਇਹ ਮਿਲ ਗਈ ਸੀ ਕੀ ਬਾਤ ਹੈ ਜੀ ਤੁਸੀਂ ਤੁਸੀਂ ਕਦੋਂ ਮਿਲੇ ਉਹਨਾਂ ਨੂੰ ਕਿਹੜੇ ਸਾਲ ਦੇ ਵਿੱਚ ਮਿਲੇ ਅਸੀਂ 2000 2 ਸਾਲ ਬਾਅਦ ਹੋ ਗਿਆ ਓਕੇ ਮੰਨ ਗਏ ਸੀ ਕਰਦੇ ਇਹਨਾਂ ਦੀ ਫੈਮਿਲੀ ਦੇ ਵਿੱਚ ਜ਼ਿਆਦਾ ਉਹਨਾਂ ਦੀ ਦਾਦਾ ਜੀ ਦਾ ਹੀ ਚੱਲਦੀ ਹੈਗੀ ਆ ਸ਼ੁਰੂ ਤੋਂ ਉਹ ਲੀਡ ਨੇ ਫੈਮਿਲੀ ਦੀ ਸੋ ਇਹਨਾਂ ਦੇ ਬ੍ਰਦਰ ਨੇ ਉਹਨਾਂ ਨੂੰ ਦੱਸਿਆ ਤੇ ਉਹ ਵਾਪਸ ਆਏ ਇਹਨਾਂ ਨੂੰ ਪੁੱਛਿਆ ਕਿ ਤੂੰ ਗੱਲ ਕਰਦਾ ਹੈਗਾ ਕੁੜੀ ਦੇ ਨਾਲ ਤੇ ਕਹਿੰਦੇ ਨਹੀਂ ਨਹੀਂ ਮੈਂ ਤਾਂ ਗੱਲ ਨਹੀਂ ਕਰਦਾ ਤੇ ਉਹ ਕਹਿੰਦੇ ਨਹੀਂ ਬਈ ਮੈਨੂੰ ਤੇਰੇ ਬ੍ਰਦਰ ਨੇ ਇੱਦਾਂ ਇੱਦਾਂ ਦੱਸਿਆ ਫਿਰ ਇਹ ਕਹਿੰਦੇ ਕਹਿੰਦੇ ਹੁਣ ਗੱਲ ਬਣਦੀ ਆ ਹੁਣ ਬਣਾ ਲਓ ਪਹਿਲਾਂ ਸਿੱਟਦੇ ਸੀ ਸੰਦ ਹੈ ਡਰ ਜਾ ਲੱਗ ਗਿਆ ਸੀਗਾ ਓਕੇ ਤੇ ਵਿਆਹ ਫਿਰ 2 ਸਾਲਾਂ ਬਾਅਦ ਹੋਇਆ ਫਿਰ ਕਿਹੜੇ ਸੰਚ ਹੋ ਗਿਆ ਸੀ 2009 ਚ ਹੋਇਆ ਸੀ 2009 ਚ ਅੱਛਾ ਫਿਰ ਆਸਟ੍ਰੇਲੀਆ ਆਉਣ ਦਾ ਸਬਬ ਕਦੋਂ ਬਣਿਆ ਅਸੀਂ 2009 ਚ ਮਾਰਚ ਚ ਆਏ ਸੀਗੇ ਅੱਛਾ ਉਦੋਂ ਆਏ ਸੀਗੇ ਜਦੋਂ ਇੱਕ ਨਾਲ ਇੱਕ ਫ੍ਰੀ ਹੁੰਦਾ ਸੀਗਾ ਸਕੀਮ ਚ ਆਈ ਸੀ ਉਹ ਵਾਲੀ ਸਕੀਮ ਸੀ ਸਕੀਮ ਚ ਆਈ ਸੀ ਹਾਂਜੀ 2009 ਦੇ ਵਿੱਚ ਹਾਂਜੀ ਸਕੀਮ ਚੱਲਦੀ ਸੀ ਇੱਕ ਨਾ ਇੱਕ ਫ੍ਰੀ ਵਾਲੀ ਸਕੀਮ ਚੱਲਦੀ ਸੀ ਇਹ ਫ੍ਰੀ ਫਿਰ ਕੋਟ ਹੈ ਤੁਹਾਡੇ ਤੇ ਮੈਂ ਹੀ ਹਾਂ ਅੱਛਾ ਓਕੇ ਤੁਹਾਨੂੰ ਪੇ ਕਰਨਾ ਪਿਆ ਪਰ ਇਹ ਫ੍ਰੀ ਹੋ ਗਏ ਸਕੀਮ ਜੀ ਹਾਂਜੀ ਅੱਛਾ ਚਲੋ ਵਧੀਆ ਫਿਰ ਤਾਂ ਗੁੱਡ ਹੋ ਗਿਆ ਫਿਰ ਇੱਥੇ ਆ ਕੇ ਕਿਵੇਂ ਇੱਥੇ ਦਾ ਆਸਟ੍ਰੇਲੀਆ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ ਤੁਹਾਡਾ ਆਸਟ੍ਰੇਲੀਆ ਸਫ਼ਰ ਬਹੁਤ ਵਧੀਆ ਰਿਹਾ ਪਰ ਸਾਨੂੰ ਇੱਥੇ ਕੋਈ ਜਾਣਦਾ ਨਹੀਂ ਸੀਗਾ ਅੱਛਾ ਤੇ ਥੋੜਾ ਜਿਹਾ ਹਾਰਡ ਸੀਗਾ ਕਿਉਂਕਿ ਸਾਨੂੰ ਪਤਾ ਨਹੀਂ ਸੀਗਾ ਫੋਨ ਕਾਲ ਕਿੱਦਾਂ ਕਰਨੀ ਹੈ ਇੰਡੀਆ ਨੂੰ ਕੋਡ ਦਾ ਨਹੀਂ ਸੀ ਪਤਾ ਅੱਛਾ ਤੇ ਅਸੀਂ ਮੋਟਲ 'ਚ ਰਹਿੰਦੇ ਸੀ ਸਿਟੀ ਦੇ ਵਿੱਚ ਮੋਟਲ ਦੇ ਵਿੱਚ ਜੀ ਅੱਛਾ ਤੇ ਸਾਨੂੰ ਕੋਈ ਵੀ ਫਰੈਂਡ ਨਹੀਂ ਸੀਗਾ ਫਿਰ ਸਾਨੂੰ ਇੱਕ ਸਟਰੀਟ ਦੇ ਉੱਤੇ ਗੋਰਾ ਮਿਲਿਆ ਸੀਗਾ ਇੰਗਲੈਂਡ ਦਾ ਸੀਗਾ ਆਲਰਾਈਟ ਆਫਟਰ 3 ਡੇਜ਼ ਅੱਛਾ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਇੰਗਲੈਂਡ ਦਾ ਕੋਡ ਆਇਆ ਤੇ ਫਿਰ ਆਪਾਂ ਦਾਦਾ ਜੀ ਉਹਨਾਂ ਦੱਸਿਆ ਸੀ ਅਸੀਂ ਦਾਦੇ ਇੰਡੀਆ ਅਸੀਂ ਪਹੁੰਚ ਗਏ ਓ ਅੱਛਾ 3 ਦਿਨ ਅਸੀਂ ਘਰ ਦੱਸ ਵੀ ਨਹੀਂ ਪਾਏ ਸੀ ਕਿਉਂਕਿ ਸਾਨੂੰ ਪਤਾ ਹੀ ਨਹੀਂ ਸੀਗਾ ਕਿ ਕਾਲ ਕਿਵੇਂ ਲਗਾਉਣੀ ਆ ਕੀ ਕਰਨਾ ਆ ਕੁਝ ਨਹੀਂ ਪਤਾ ਸੀਗਾ ਸਾਨੂੰ ਤੇ ਕੋਈ ਜਾਣ ਪਹਿਚਾਣ ਵਾਲਾ ਨਹੀਂ ਕੋਈ ਜਾਣ ਸਾਰੇ ਇਹਨਾਂ ਦੀ ਫੈਮਿਲੀ ਇੰਗਲੈਂਡ ਆ ਕੈਨੇਡਾ ਅਮਰੀਕਾ ਉਧਰ ਸਭ ਨੇ ਪਰ ਅਸੀਂ ਪਹਿਲੇ ਸੀ ਜਿਹੜੇ ਆਸਟ੍ਰੇਲੀਆ ਆਏ ਸੀਗੇ ਤੇ ਉਹ ਸਾਰੇ ਕਹਿੰਦੇ ਸੀ ਹੈ ਕਿੱਥੇ ਚੱਲੇ ਹੋ ਤੁਸੀਂ ਪਰ ਹੁਣ ਉਹ ਸਾਰੇ ਜਦੋਂ ਘੁੰਮਣ ਆਉਂਦੇ ਆ ਉਹਨਾਂ ਨੂੰ ਲੱਗਦਾ ਉਹਨਾਂ ਨੂੰ ਸਕੀਮ ਦਾ ਨਹੀਂ ਸੀ ਨਾ ਪਤਾ ਬੈਸਟ ਕੰਟਰੀ ਸਕੀਮ ਨਾ ਵੀ ਚੱਲੀ ਸੀ ਅੱਛਾ ਤੇ ਕਿੰਨਾ ਟਾਈਮ ਫਿਰ ਮੋਟਲ ਦੇ ਵਿੱਚ ਰਹੇ ਤੁਸੀਂ ਅਸੀਂ 3 ਵੀਕਸ ਰਹੇ ਮੈਂ 3 ਵੀਕਸ ਉਹ ਤੋਂ ਬਾਅਦ ਫਿਰ ਆਜ ਜਾਣ ਲੱਪੇ ਕਾਲਜ ਜਾਣ ਲੱਪੇ ਤਾਂ ਉੱਥੇ ਸਾਡੇ ਰਿਲੇਸ਼ਨ ਨੂੰ ਜਿੱਦਾਂ ਉਹ ਕਿਹਾ ਸੀਗਾ ਵੀ ਫਿਰ ਕੋਈ ਫਰੈਂਡਸ ਵਗੈਰਾ ਮਿਲ ਗਏ ਉਹਨਾਂ ਤੋਂ ਅਕਮੋਡੇਸ਼ਨ ਵਗੈਰਾ ਦਾ ਪਤਾ ਕੀਤਾ ਫਿਰ ਅਸੀਂ ਸ਼ੇਅਰਿੰਗ ਦੇ ਵਿੱਚ ਮੂਵ ਹੋ ਗਏ ਕਿਸੇ ਨਾਲ ਅੱਛਾ ਤੇ ਸਟਰਗਲ ਸਟਾਰਟ ਫਿਰ ਉਦੋਂ ਹੋਈ ਰਾਈਟ ਸਭ ਤੋਂ ਪਹਿਲਾਂ ਜਦੋਂ ਆਸਟ੍ਰੇਲੀਆ ਆਏ ਸੀ ਕਿਹੜੇ ਸਬਬ ਦੇ ਵਿੱਚ ਆਏ ਕਿੱਥੇ ਕਿਹੜੇ ਉਹਦੇ ਚ ਸਟੇਟ ਦੇ ਵਿੱਚ ਆਏ ਸੀ ਸਟੇਡੀਅਮ ਅਸੀਂ ਬ੍ਰਿਸਬਨ ਚ ਆਏ ਸੀ ਜੀ ਸ਼ੁਰੂ ਤੋਂ ਹੀ ਬ੍ਰਿਸਬਨ ਦੇ ਵਿੱਚ ਕਿਤੇ ਹੋਰ ਨਹੀਂ ਗਏ ਕਿਉਂਕਿ ਸ਼ੁਰੂ ਤੋਂ ਬ੍ਰਿਸਬਨ ਨੰਦਾ ਨੰਦਾ ਚ ਰਹੇ ਆ ਸਾਲ ਪਹਿਲੇ 3-4 ਸਾਲ ਫਿਰ ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਜੌਬ ਨਹੀਂ ਮਿਲੀ ਸੀਗੀ ਕਾਫੀ ਟਾਈਮ 6 ਮੰਥਸ ਇਹਨਾਂ ਨੂੰ ਜੌਬ ਨਹੀਂ ਮਿਲੀ ਸੀਗੀ ਸਟਰਗਲ ਬਹੁਤ ਕਰਨਾ ਪਿਆ ਫਿਰ ਕਿਸ ਤਰੀਕੇ ਦਾ ਹੋਰ ਸਟਰਗਲ ਕੀਤਾ ਤੁਸੀਂ ਸਟਰਗਲ ਦੇ ਵਿੱਚ ਇਹਨਾਂ ਨੂੰ ਨਹੀਂ ਜੌਬ ਮਿਲੀ ਸਮ ਹਾਉ ਮੈਨੂੰ 18 ਦਿਨ ਬਾਅਦ ਹੀ ਜੌਬ ਮਿਲ ਗਈ ਸੀਗੀ ਪਰ ਫਿਰ ਮੈਂ ਸਟੱਡੀ ਵੀ ਕਰਦੀ ਸੀਗੀ ਜੌਬ ਵੀ ਕਰਦੀ ਸੀਗੀ ਪਰ ਕਿਤਨਾ ਕਿਤੇ ਫਿਰ ਇਹ ਥੋੜਾ ਹੌਸਲਾ ਛੱਡ ਗਏ ਸੀਗੇ ਕਿ ਨਹੀਂ ਹੁਣ ਇਸ ਵੇਲੇ ਬਹੁਤ ਉਦੋਂ ਬਹੁਤ ਜ਼ਿਆਦਾ ਆਏ ਸੀਗੇ ਲੋਕ ਹਨਾ ਤੇ ਮਾਈਗ੍ਰੇਸ਼ਨ ਬਹੁਤ ਹੋਈ ਸੀ ਉਸ ਸਾਲ ਦੇ ਵਿੱਚ ਤੇ ਉਹਦਾ ਕਰਕੇ ਫਿਰ ਇਹ ਕਹਿੰਦੇ ਨਹੀਂ ਮੈਂ ਵਾਪਸ ਚਲੇ ਜਾਂਦਾ ਤੇ ਜਦੋਂ ਥੋੜਾ ਸੈਟਲ
हो जाऊगा जॉब्स वगैरह दा फिर वापस आ जाऊंगा मैं। ते फिर मैनू लग्या कि नहीं एटलीस्ट मैं घर आंदी हां, मैनू ये पता है कि मेरे हसबैंड घर हैगे आ, मैं सवेरे उठ के जांदी हां, मेरे कोल कोई हैगा, सपोर्ट हुंदी आ, इमोशनल सपोर्ट बहुत जरूरी है। राइट जी जी जी। ते फिर इन्हां नूं कहा नहीं थोड़ा चिर तुसीं देख लो, जे नहीं कुछ हुंदा देन वी सी। पर फिर इन्हां नूं जॉब मिली आई थिंक सितंबर दे विच मिली, असीं मार्च च आए सीगे। ओके। पर फिर परमात्मा दी कृपा दे नाल बस शुरू हुई ते हुण इन्हां ने ओह लास्ट ईयर छड्डी हैगी आ। मन लग गया सी जानी के काम दे विच है। गुड सीगा। अच्छा ते हुण की काम कर? ਹੁਣ ਤਾਂ ਵੈਸੇ ਤਾਂ ਜੀ ਮੈਂ ਤਾਂ ਹਲੇ ਫ੍ਰੀ ਹੈਗਾ, ਰਾਜ ਇਸ ਵੇਲੇ ਸਾਬੇ ਕਰਦੇ ਹੈਗੇ ਜੀ। ਅੱਛਾ, ਕਿੰਨੇ ਸਾਬੇ ਤੁਸੀਂ ਲਏ ਹੋਏ ਨੇ? ਅਸੀਂ 2018 ਦੇ ਵਿੱਚ ਪਹਿਲਾ ਸਟੋਰ ਲਿਆ ਸੀਗਾ। ਓਕੇ। ਤੇ ਉਸ ਤੋਂ ਬਾਅਦ ਫਿਰ ਨਾਲ ਹੀ 19 ਦੇ ਵਿੱਚ ਉਹਨਾਂ ਨੇ ਅਪਰੋਚ ਕੀਤਾ ਕਿ ਜੇ ਤੁਸੀਂ ਕਰਨਾ ਚਾਹੁੰਦੇ ਆ, ਫਿਰ ਦੂਸਰਾ ਵੀ ਹੋ ਗਿਆ ਤੇ ਹੁਣ ਸਾਡਾ ਤੀਸਰਾ ਅੰਡਰਵੇ ਜਿਹੜਾ ਹੈਗਾ ਆ ਉਹ ਮਹੀਨੇ ਡੇਢ ਮਹੀਨੇ ਤੱਕ। अपने आप नूं सोचिया कि नहीं मैं अपने आप कुछ कर सकदी आ, किद्दां मन दे विच आया कि अपना बिजनेस करना? देखो बिजनेस एक चलो साइड दी स्टोरी हैगी आ, आपां कहिंदे आ कि बंदे ने जीन दा एक जरिया बनाया होया है ना, अपनी थोड़ी इनकम दा एक जरिया, सोर्स ऑफ इनकम थोड़ा चाहिए, कुछ ना कुछ तुसीं उहदे वास्ते करदे आ, इधर जॉब करदे आ, बिजनेस करदे आ। पर बिगनिंग बहुत छोटे हुंदिया तो हुई सी मेरी, मेरे 1.5 ईयर सीगी मैं ते जदों मेरे डैडी नहीं सीगे। सो 1986 ਦੇ ਵਿੱਚ ਜਿਵੇਂ ਸਿੱਖਾਂ ਦੇ ਨਾਲ ਜੋ ਕੁਛ ਵੀ ਹੁੰਦਾ ਸੀਗਾ, ਸੋ ਮੇਰੇ ਡੈਡੀ ਉਹ ਇੱਕ ਚੀਜ਼ ਦਾ ਸ਼ਿਕਾਰ ਹੋਏ ਸੀਗੇ ਤੇ ਘਰੋਂ ਗਏ ਸੀਗੇ ਮੇਰੇ ਨਾਨਕਿਆਂ ਵੱਲ ਤੇ ਪਰ ਉਹਨਾਂ ਦਾ ਫਿਰ ਪਤਾ ਨਹੀਂ ਚੱਲਿਆ ਤੇ ਕਿਸੇ ਨੇ ਉਹਨਾਂ ਨੂੰ ਤਾਂ ਕਦੋਂ ਦੀ ਗੱਲ ਹੈ 1984 जिंदगी नू जिया आया मम्मी दे नाल के मतलब के असि दोनों ने अपना घर संभाल चीज दिमाग दे विच कितना किते कार कर गई सी कि मम्मी ने हर टाइम एक गल कहंदे सीगे भी मैं तैनू मुंडिया वांगू ही पा लिया, मेरे वास्ते तू मुंडा ही आ। समहाउ जदों मैं छोटी भी सीगी ते मम्मी सिर ते ओ जिवें जूड़ा कर दिंदे हुंदे आ पटका बंदे सी मेरे,
ਤੇ ਮੈਨੂੰ ਇਹ ਚੀਜ਼ ਹੈਗੀ ਸੀ ਕਿ ਮੈਂ ਹਮੇਸ਼ਾ ਹੀ ਉਹਨਾਂ ਦਾ ਸਿਰ ਉੱਚਾ ਰੱਖਣਾ ਆ ਮੈਂ ਹਮੇਸ਼ਾ ਉਹਨਾਂ ਨੂੰ ਕੁਛ ਬਣ ਕੇ ਕਰਕੇ ਦਿਖਾਉਣਾ ਆ ਇਹ ਚੀਜ਼ ਹੈਗੀ ਸੀਗੀ ਪਰ ਉਸ ਤੋਂ ਬਾਅਦ ਚਲੋ ਇੱਥੇ ਆਏ ਬਹੁਤ ਟਾਈਮ ਲੱਗਿਆ ਸਾਨੂੰ ਸੈਟਲ ਹੋਣ ਨੂੰ ਹਨ ਤੇ ਹੈਰੀ ਦੀ ਬਹੁਤ ਵੱਡੀ ਸਪੋਰਟ ਹੈ ਇਹਦੇ ਵਿੱਚ ਕੋਈ ਵੀ ਬੰਦਾ ਇਕੱਲਾ ਕੁਛ ਨਹੀਂ ਕਰ ਸਕਦਾ ਕੋਡ ਚੰਗੀ ਤਰ੍ਹਾਂ ਸਮਾਰ ਲਿਆ ਜ਼ਿਆਦਾ ਲੈ ਗਿਆ ਕੋਡ ਐ ਵੀ ਨਹੀਂ ਪਾਇਆ ਬਸ ਉਹ ਲੁਕੋਣ ਨੂੰ ਪਾ ਲਿਆ ਕੋਡ ਨੂੰ ਪਾਇਆ ਇਹਨਾਂ ਦੀ ਬਹੁਤ ਵੱਡੀ ਸਪੋਰਟ ਆ ਹਨਾ ਕਿਉਂਕਿ ਜਦੋਂ ਤੁਸੀਂ ਕੁਝ ਕਰਨਾ ਚਾਹੁੰਦੇ ਆ ਪਰ ਤੁਹਾਨੂੰ ਫੈਮਿਲੀ ਚੋਂ ਸਪੋਰਟ ਨਹੀਂ ਯੂ ਕੈਨਟ ਡੂ ਐਨੀਥਿੰਗ ਹਨਾ ਤੁਹਾਨੂੰ ਇਮੋਸ਼ਨਲੀ ਸਟਰੋਂਗ ਹੋਣ ਦੀ ਲੋੜ ਆ ਜੀ 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 ਤੇ ਉਹ ਇਮੋਸ਼ਨਸ ਤੁਹਾਨੂੰ ਫੈਮਿਲੀ ਚੋਂ ਮਿਲਦੇ ਆ ਤੁਹਾਡੇ ਪੇਰੈਂਟਸ ਤੋਂ ਮਿਲਦੇ ਆ ਤੁਹਾਡੇ ਪਾਰਟਨਰ ਤੋਂ ਮਿਲਦੇ ਤੁਹਾਡੇ ਬੱਚਿਆਂ ਤੋਂ ਮਿਲਦੇ ਆ ਹਨਾ ਤੁਹਾਨੂੰ ਬਹੁਤ ਚੀਜ਼ਾਂ ਜੁੜੀਆਂ ਹੁੰਦੀਆਂ ਆ ਜੀ ਜੀ ਤੇ ਆਈ ਥਿੰਕ ਜੇ ਸਾਰਿਆਂ ਦੀ ਤੁਹਾਡੇ ਨਾਲ ਸਪੋਰਟ ਆ ਕੈਨ ਯੂ ਕੈਨ ਡੂ ਐਨੀਥਿੰਗ ਬਿਲਕੁਲ ਐਨੀਥਿੰਗ ਕਿਹਾ ਜੀ ਤੁਸੀਂ ਔਰ ਪਲੱਸ ਤੁਹਾਨੂੰ ਇਹ ਚੀਜ਼ਾਂ ਨੂੰ ਮੈਂ ਦੱਸਣਾ ਚਾਹੁੰਦੀ ਕਿ ਨਾਲ ਨਹੀਂ ਰੱਖ ਕੇ ਚੱਲਣਾ ਚਾਹੀਦਾ ਤੇ ਜੇ ਹੁਣ ਮੈਂ ਕਹਾਂ ਮੇਰੇ 'ਚ ਬਹੁਤ ਅਬਿਲਿਟੀ ਆ ਜਾਂ ਇਹ ਕਹਿਣ ਮੇਰੇ 'ਚ ਬਹੁਤ ਅਬਿਲਿਟੀ ਹੈ ਪਰ ਅਸੀਂ ਇੱਕ ਦੂਜੇ ਨੂੰ ਇੱਕ ਦੂਜੇ ਨਾਲ ਜੁੜੇ ਰਿਸ਼ਤਿਆਂ ਨੂੰ ਚੀਜ਼ਾਂ ਨੂੰ ਨਾਲ ਨਹੀਂ ਰੱਖ ਕੇ ਚੱਲਦੇ ਉਹ ਚੀਜ਼ਾਂ ਦਾ ਫਿਰ ਸਵਾਦ ਨਹੀਂ ਹੁੰਦਾ ਜੀ ਇਹ ਬਿਲਕੁਲ ਸਹੀ ਕਹੀ ਹੈ ਜੀ ਤੁਸੀਂ ਗੱਲ ਉਹ ਚੀਜ਼ਾਂ ਦਾ ਫਿਰ ਉਹ ਸਵਾਦ ਵਧੀਆ ਨਹੀਂ ਲੱਗਦੀਆਂ ਉਹ ਚੀਜ਼ਾਂ ਤੁਸੀਂ ਕਿਤੇ ਨਾ ਕਿਤੇ ਫਾਈਨੈਂਸ਼ਲੀ ਸਟਰੋਂਗ ਹੋ ਜਾਂਦੇ ਆ ਤੁਸੀਂ ਕਿਤੇ ਨਾ ਕਿਤੇ ਇਮੋਸ਼ਨਲੀ ਵੀਕ ਹੁੰਦੇ ਹੋ ਵੀਕ ਹੁੰਦੇ ਆ ਹਨਾ ਔਰ ਤੁਹਾਨੂੰ ਤੁਸੀਂ ਜਿਹੜਾ ਅੰਦਰੋਂ ਖੁਸ਼ ਨਹੀਂ ਹੈਗੇ ਫਿਰ ਤੁਸੀਂ ਬਾਹਰੋਂ ਤੁਹਾਡੇ ਕੋਲ ਚਾਹੇ ਜੋ ਵੀ ਆ ਤੁਸੀਂ ਖੁਸ਼ ਨਹੀਂ ਹੈਗੇ ਜੀ ਜੀ ਤੁਹਾਨੂੰ ਇਨਰ ਜਿਹੜੀ ਸੈਟੀਸਫੈਕਸ਼ਨ ਉਹ ਜ਼ਰੂਰੀ ਆ ਬਹੁਤ ਜ਼ਰੂਰੀ ਆ ਜੀ ਬਿਲਕੁਲ ਹਾਂਜੀ ਕਿਉਂਕਿ ਜਦੋਂ ਵਿਆਹੇ ਜਾਂਦੇ ਆ ਤਾਂ ਤੁਸੀਂ ਇੱਕ ਦੂਜੇ ਦੇ ਭਾਗੀਦਾਰ ਹੋ ਜਾਂਦੇ ਸੁੱਖ ਦੁੱਖ ਦੇ ਹਨਾ ਬਿਲਕੁਲ ਤੇ ਆਂਟੀ ਜੀ ਹੁਣ ਤੁਹਾਡੇ ਤੇ ਪੂਰਾ ਪ੍ਰਾਊਡ ਕਰਦੇ ਹੋਣੇ ਹਨਾ ਮੰਮੀ ਕਰਦੇ ਆ ਹਾਂਜੀ ਮੰਮੀ ਆ ਗਏ ਨੇ ਦੋ ਤਿੰਨ ਵਾਰੀ ਆਏ ਨੇ ਮੰਮੀ ਹਾਂਜੀ ਮੰਮੀ ਬਹੁਤ ਪ੍ਰਾਊਡ ਫੀਲ ਕਰਦੇ ਆ ਤੇ ਬਾਕੀ ਜਦੋਂ ਆਸਟ੍ਰੇਲੀਆ ਦੀ ਗੱਲ ਕਰੀਏ ਚਲੋ ਉਹ ਤਾਂ ਮੇਰਾ ਕਹਿ ਲਓ ਕਿ ਬਚਪਨ ਦਾ ਸੀਗਾ ਜੇ ਆਸਟ੍ਰੇਲੀਆ ਦੀ ਗੱਲ ਕਰੀਏ ਆਸਟ੍ਰੇਲੀਆ ਨੂੰ ਜਦੋਂ ਆਏ ਹਾਂ ਤੇ ਹੈਰੀ ਦੇ ਦਾਦਾ ਜੀ ਹੈਗੇ ਆ ਉਹ ਇੰਗਲੈਂਡ 'ਚ ਆਈ ਥਿੰਕ 1962 ਤੋਂ ਇੰਗਲੈਂਡ 'ਚ ਆ ਤੇ ਉਹਨਾਂ ਦਾ ਪਹਿਲੇ ਤਾਂ ਸਾਡਾ ਵਿਆਹ ਕਰਾਉਣ 'ਚ ਬਹੁਤ ਹਨਾ ਬੇਈ ਸਹਿਯੋਗ ਸੀਗਾ ਵੀ ਨਹੀਂ ਸੋਰਟ ਆਫ ਹੀ ਟਰਸਟਡ ਇਨ ਮੀ ਹਾਂ ਤੇ ਫਿਰ ਅਸੀਂ ਇੱਥੇ ਵੀ ਆਏ ਹਾਂ ਉਹ ਦੋ ਵਾਰੀ ਇੰਡੀਆ ਆਏ ਨੇ ਸਾਡੇ ਕਰਕੇ ਪਹਿਲੋਂ ਨਵੰਬਰ 'ਚ ਆਏ ਆ ਸਾਡੀ ਕੋਰਟ ਮੈਰਿਜ ਵਗੈਰਾ ਹੋਈ ਫਿਰ ਉਹ ਫੈਬ 'ਚ ਆਏ ਆ ਸਾਡਾ ਵਿਆਹ ਹੋਇਆ ਤੇ ਪੂਰਾ ਉਹਨਾਂ ਨੇ ਜਿੱਦਾਂ ਰਿਸਪੋਂਸੀਬਿਲਟੀ ਨਾਲ ਸਾਰਾ ਕੀਤਾ ਹਨਾ ਤੇ ਉਹਨਾਂ ਨੇ ਸਾਨੂੰ ਬੜਾ ਅੱਛਾ ਗਾਈਡ ਕੀਤਾ ਉਹਨਾਂ ਦੀ ਮੋਟੀਵੇਸ਼ਨ ਸਾਨੂੰ ਹਮੇਸ਼ਾ ਹੀ ਰਹੀ ਹੈ ਤੇ ਉਹਨਾਂ ਨੂੰ ਜੇ ਅਸੀਂ ਕਹਿੰਦੇ ਸੀ ਹੁਣ ਤੁਸੀਂ ਆ ਜਾਓ ਘੁੰਮ ਜਾਓ ਸਾਡੇ ਕੋਲ ਉਹਨਾਂ ਨੇ ਕਹਿਣਾ ਨਹੀਂ ਜਦੋਂ ਤੁਸੀਂ ਆਪਣਾ ਘਰ ਲਓਗੇ ਫਿਰ ਆਵਾਂਗਾ ਉਹਨਾਂ ਨੇ ਹਮੇਸ਼ਾ ਸਾਨੂੰ ਕਿਤੇ ਨਾ ਕਿਤੇ ਪੁਸ਼ ਕਰਕੇ ਗੋਲਸ ਵੱਲ ਲੈ ਕੇ ਜਾਣਾ ਉਹ ਚੀਜ਼ ਰੱਖੀ ਆ ਉਹਨਾਂ ਨੇ ਫਿਰ ਅਸੀਂ 2014 ਦੇ ਵਿੱਚ ਅਸੀਂ ਘਰ ਬਿਲਡ ਕੀਤਾ ਮੈਂਗੋ ਹਿਲ ਦੇ ਵਿੱਚ ਤੇ ਘਰ ਬਿਲਡ ਕੀਤਾ ਫਿਰ ਉਹ 17 ਚ ਆਏ ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ ਕਦੋਂ ਆਓਗੇ ਵਾਪਸ ਕਹਿੰਦੇ ਹੁਣ ਜਦੋਂ ਤੁਸੀਂ ਅਗਲਾ ਘਰ ਲਓਗੇ ਕੀ ਬਾਤ ਹੈ ਦੇਖ ਲਓ ਹੈ ਨਾ ਮਤਲਬ ਕਿ ਇਹ ਚੀਜ਼ਾਂ ਤੁਹਾਨੂੰ ਬਹੁਤ ਮੋਟੀਵੇਟ ਕਰਦੀਆਂ ਹਾਂਜੀ ਤੇ ਫਿਰ ਇਹਨਾਂ ਦੇ ਆਈ ਥਿੰਕ ਚਾਚਾ ਜੀ ਕੈਨੇਡਾ ਤੋਂ ਆਏ ਸੀਗੇ 2017 ਚ ਆਏ ਸੀ ਉਹਨਾਂ ਦਾ ਤੇ ਉਹਨਾਂ ਨੇ ਸਾਨੂੰ ਜਦੋਂ ਆਏ ਸੀਗੇ ਤੇ ਉਹਨੇ ਦੇਖਿਆ ਵੀ ਉਹ ਕਹਿੰਦੇ ਇੱਥੇ ਦਾ ਕੁਈਜ਼ਲੈਂਡ ਦਾ ਵੈਦਰ ਬਹੁਤ ਵਧੀਆ ਹਾਂ ਤੇ ਤੁਸੀਂ ਫਿਰ ਦੇਖ ਲਓ ਸਾਬੇ ਦੇਖ ਲਓ ਉਹ ਆਪਣੇ ਉਹਨਾਂ ਦਾ ਗੁਰਮੈਂਟ ਦਾ 10 ਸਾਬੇ ਨੇ ਉੱਥੇ ਅੱਛਾ ਜੀ ਤੇ ਉਹਨਾਂ ਸਾਨੂੰ ਕੀਤਾ ਸੀ ਓਕੇ ਤਾਂ ਅਸੀਂ ਫਿਰ ਇਹ ਸਾਬੇ ਵਾਲਾ ਹੋਏ ਸੀਗੇ ਬਿਜ਼ਨਸ ਬਾਰੇ ਥੋੜਾ ਉਹੀ ਸਾਨੂੰ ਕਹਿ ਕੇ ਗਾਈਡ ਕੀਤਾ ਉਹਨਾਂ ਨੇ ਗਾਈਡੈਂਸ ਬਹੁਤ ਜ਼ਰੂਰੀ ਹੈ ਹਾਂਜੀ ਪਰ ਹੁਣ ਜਿਵੇਂ ਮੈਂ ਲਾਸਟ 12 ਇਅਰ ਹੋਸਪਿਟੈਲਿਟੀ ਕੀਤੀ ਸੀਗੀ ਤੇ ਫਿਰ ਇਹ ਇਹਨਾਂ ਦਾ ਪੁਸ਼ ਕੀਤਾ ਮੈਨੂੰ ਬਹੁਤ ਜ਼ਿਆਦਾ ਕਿਉਂਕਿ ਮੈਂ ਥੋੜ੍ਹੀ ਹੈਗਾ ਸੀ ਕਿ ਪੜ੍ਹਨਾ ਮੈਨੂੰ ਐਜੂਕੇਸ਼ਨ ਦਾ ਕਹਿ ਲਓ ਕਿਸੇ ਨੂੰ ਕੀੜਾ ਹੁੰਦਾ ਉਹ ਸੋਰਟ ਆਫ ਥਿੰਗ ਮੇਰੇ 'ਚ ਹੈਗੀ ਆ ਤੇ ਮੈਂ ਕੋਰਸ ਕਰਨਾ ਚਾਹੁੰਦੀ ਸੀ ਮੈਂ ਇਹਨਾਂ ਨੂੰ ਕਿਹਾ ਕਿ ਅੱਛਾ ਮੈਂ ਹੁਣ ਜੋਬ ਜਦੋਂ ਛੱਡਣੀ ਆ ਮੈਂ ਐਜ਼ ਅ ਮੈਨੇਜਰ ਸਨਸ਼ਾਈਨ ਕੋਰਸ ਕਰਦੀ ਸੀਗੀ ਤੇ ਵੀ ਮੈਂ ਹੁਣ ਕੋਰਸ ਕਰਨਾ ਹੈ ਤੇ ਮੈਂ ਐਚਆਰ ਦੀ ਜੋਬ ਕਰਨੀ ਆ ਤੇ ਮੈਨੂੰ ਕਹਿੰਦੇ ਕਿ ਤੇਰੇ 'ਚ ਅਬਿਲਿਟੀ ਹੈਗੀ ਆ ਤੂੰ ਕਿਸੇ ਦੇ ਬਿਜ਼ਨਸ 10 ਸਾਲ ਹੋ ਗਏ ਰਨ ਕਰਦੇ ਆ ਮੈਂ ਸਿਰਫ ਦੋ ਹੀ ਜੋਬਾਂ ਕੀਤੀਆਂ ਬ੍ਰਿਸਬਨ 'ਚ 5 ਸਾਲ ਇੱਕ ਕੀਤੀ ਆ 5 ਸਾਲ ਇੱਕ ਕੀਤੀ ਆ ਦੱਸ ਇੱਟ ਤੇ ਕਹਿੰਦੇ ਕਿ ਤੂੰ ਉਹ ਚੀਜ਼ਾਂ ਤੇਰੇ 'ਚ ਅਬਿਲਿਟੀ ਆ ਤੇ ਖੁਦ ਕਿਉਂ ਨਹੀਂ ਕਰਦੀ ਜੀ ਫਿਰ ਉਹ ਇੱਕ ਚਾਚਾ ਜੀ ਆ ਗਏ ਸਵੱਬ ਬਣਿਆ ਉਹ ਕਹਿੰਦੇ ਕਿ ਠੀਕ ਆ ਸਾਡੇ ਕੋਲ 10 ਸਟੋਰ ਹੈਗੇ ਆ ਉੱਥੇ ਤੁਸੀਂ ਇਹ ਕਰੋ ਪਰ ਆਈ ਥਿੰਕ ਬਾਕੀ ਸਾਰਿਆਂ ਦੇ ਆਪਣੇ ਆਪਣੇ ਡਿਫਰੈਂਟ ਵਿਊ ਆ ਪਰ ਯੰਗ ਕਪਲਾਂ ਜਿਵੇਂ ਅਸੀਂ ਸਾਡੇ ਬੱਚੇ ਬਹੁਤ ਯੰਗ ਆ ਅਸੀਂ ਕਿਸੇ ਵੀ ਪਾਸੇ ਉਹਨਾਂ ਨੂੰ ਕੰਪਰੋਮਾਈਜ਼ ਕਰਨਾ ਨਹੀਂ ਚਾਹੁੰਦੇ ਬੱਚੇ ਹਨਾ ਕਿਉਂਕਿ ਬੱਚਿਆਂ ਦੇ ਲਈ ਸਾਰਾ ਕੁਝ ਤੁਸੀਂ ਕਰਦੇ ਹੋ ਰਾਈਟ ਤੇ ਮੈਨੂੰ ਲੱਗਦਾ ਕਿ ਆਈ ਥਿੰਕ ਯੈਸ ਫਰੈਂਚਾਈਜ਼ ਇੱਕ ਔਸਮਾ ਨਹੀਂ ਪਰ ਕਿਤੇ ਨਾ ਕਿਤੇ ਥੋੜ੍ਹਾ ਤੁਸੀਂ ਈਜ਼ੀ ਹੈਗੇ ਆ ਕਿ ਤੁਸੀਂ ਸਟਾਫ ਰੱਖ ਕੇ ਜੂਨੀਅਰ ਸਟਾਫ ਰੱਖ ਕੇ ਕੰਮ ਕਰ ਲੈਂਦੇ ਆ ਤੁਹਾਨੂੰ ਮਤਲਬ ਕਿ ਆਪ ਖੁਦ ਇੰਨਾ ਵਿੱਚ ਨਹੀਂ ਜਾਣਾ ਓਕੇ ਅੱਛਾ ਪਾਜੀ ਹੁਣ ਤੁਸੀਂ ਫ੍ਰੀ ਹੋ ਹਨਾ ਜੀ
ਤੇ ਜਿਵੇਂ ਭਾਬੀ ਜੀ ਇੰਨਾ ਜ਼ਿਆਦਾ ਬਿਜ਼ੀ ਰਹਿੰਦੇ ਨੇ ਫਿਰ ਪਿੱਛੋਂ ਪਰੌਂਠੇ ਪਰੌਂਠੇ ਲਾ ਲਾਣੇ ਹਾਂਜੀ ਰੋਟੀ ਲਾ ਲਈ ਦੀ ਗੋਲ ਜੀ ਅੱਛਾ ਕਿੰਨੀ ਕੁ ਗੋਲ ਬਸ ਉਹ ਡੋਲੂ ਦੇ ਢੱਕਣ ਰੱਖ ਕੇ ਉੱਪਰ ਕਰਕੇ ਗੋਲ ਕਰ ਲੈਂਦੇ ਸ਼ੇਪ ਬਣਾ ਦਨੇ ਪੂਰੀ ਸ਼ੇਪ ਪੂਰੀ ਬਣਾ ਦਈਏ ਅੱਛਾ ਹਾਂਜੀ ਵੈਸੇ ਤਾਂ ਕੁਕਿੰਗ ਤਾਂ ਵਧੀਆ ਕਰ ਲਈ ਜੀ ਅੱਛਾ ਠੀਕ ਹੈ ਚਲੋ ਇਸ ਪੱਖੋਂ ਜਣੀ ਕਿ ਤੁਹਾਨੂੰ ਟੈਨਸ਼ਨ ਫ੍ਰੀ ਹੋ ਤੁਸੀਂ ਕਿ ਖਾਣਾ ਪੀਣਾ ਮਿਲ ਜਾਣਾ ਨੋਟ ਓਨਲੀ ਕੁਕਿੰਗ ਜਿੱਦਾਂ ਜੋ ਵੀ ਅਸੀਂ ਕਰਦੇ ਜਾ ਰਹੇ ਹਾਂ ਜੋ ਵੀ ਸਾਡੀਆਂ ਪਲੈਨਿੰਗਸ ਹੈਗੀਆਂ ਉਹ ਪਲੈਨਿੰਗਸ ਇਹਨਾਂ ਦੀਆਂ ਇੱਕ ਐਗਜ਼ੀਕਿਊਟਿਵ ਆਫਿਸਰ ਰੱਖਿਆ ਹੁੰਦਾ ਆ ਇਹਨਾਂ ਨੇ ਉਹ 10 ਮੀ ਅੱਛਾ ਪਰ ਐਕਚੁਅਲ ਚ ਇਹਨਾਂ ਨੇ ਸਵੇਰੇ ਟਰੱਕ ਤੇ ਬਹਿ ਜਾਣਾ ਜਦੋਂ ਟਰੱਕ ਕਰਦੇ ਸੀਗੇ ਜੀ ਜੀ ਸਵੇਰੇ ਟਰੱਕ ਤੇ ਬਹਿ ਕੇ ਇਹਨਾਂ ਨੇ ਕਹਿਣਾ ਅੱਛਾ ਹੁਣ ਆਹ ਕਰਨਾ ਆ ਹੁਣ ਆਹ ਕਰਨਾ ਹੁਣ ਉਹਨੂੰ ਫੋਨ ਲਾ ਲਈ ਹੁਣ ਇਹਨੂੰ ਇਹ ਕਹਿ ਦੀ ਉਹਨੂੰ ਇਹ ਕਹਿ ਦੀ ਸੋ ਸੋਰਟ ਆਫ ਸਾਰਾ ਰਿਮਾਈਂਡਰ ਬਸ ਉਹ ਮੈਂ ਕਈ ਵਾਰੀ ਕਹਿੰਦੀ ਹੁੰਦੀ ਆ ਕਿ ਤੁਸੀਂ ਮੈਨੂੰ ਐਜ਼ ਅਸਿਸਟੈਂਟ ਹਨਾ ਰੱਖਿਆ ਹੋਇਆ ਵੀ ਆਹ ਕਰਨਾ ਤੇ ਆਹ ਕਰਨਾ ਕਰਨਾ ਸਹੀ ਗੱਲ ਪਰ ਆਈ ਥਿੰਕ ਪੁਸ਼ ਹਮੇਸ਼ਾ ਇਹਨਾਂ ਦਾ ਹੀ ਰਿਹਾ ਦੈਟਸ ਨਾਈਸ ਹੋਰ ਭਾਈ ਵੀ ਤੁਹਾਡਾ ਫੇਸ ਬਹੁਤ ਚਮਕਦਾ ਕੀ ਰਾਜ਼ ਹੈ ਇਹ ਸਾਰੇ ਪੁੱਛਦੇ ਹੈ ਸੱਚੀ ਭਾਈ ਲੈਟ ਇੱਕ ਘੱਟ ਬੰਦ ਕਰ ਦੋ ਮੈਂ ਕਹਿੰਦੀ ਮੇਕਅਪ ਤਾਂ ਨਹੀਂ ਕਰਵਾ ਕੇ ਆਏ ਕਿਵੇਂ ਥਾ ਥਾ ਤੋਂ ਲਾਈਟਾਂ ਮਾਰ ਦਿਓ ਤੁਸੀਂ ਸੱਚੀ ਕੋਟ ਖਿੱਚਲਾ ਬਣਾਏ ਉੱਪਰ ਨੂੰ ਉਹ ਐਕਚੁਅਲੀ ਧਿਆਨ ਬਹੁਤ ਰੱਖਦੇ ਆ ਇਹ ਗੱਲ ਕਹਿਣ ਵਾਲੀ ਆ ਮੈਂ ਅੱਜ ਹੀ ਸਵੇਰੇ ਇਹਨਾਂ ਨੂੰ ਕਹਿੰਦੀ ਸੀਗੀ ਵੀ ਜੇ ਤੁਸੀਂ ਹਨਾ ਵੀ ਕੁੜੀ ਹੁੰਦੇ ਤੁਸੀਂ ਬੜਾ ਆਪਣਾ ਧਿਆਨ ਰੱਖਿਆ ਕਰਨਾ ਸਹੀ ਗੱਲ ਆ ਨਾ ਇਹ ਬਹੁਤ ਧਿਆਨ ਰੱਖਦੇ ਨੇ ਆਪਣਾ ਕੋਈ ਰੈਮੇਡੀ ਕੋਈ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਜਿਹੜਾ ਉਹ ਵੀ ਲਾਈਟਾਂ ਲੱਗ ਜਾਣ ਮਾਨ ਰੈਮੇਡੀ ਆਈ ਥਿੰਕ ਖੁਸ਼ ਰਹਿੰਦੇ ਨੇ ਬਸ ਹਾਂ ਜੀ ਹਰ ਟਾਈਮ ਖੁਸ਼ ਰਹਿੰਦੇ ਸਭ ਤੋਂ ਵੱਡੀ ਚੀਜ਼ ਹੈ ਹਰ ਟਾਈਮ ਮੈਂ ਪੋਜ਼ਿਟਿਵ ਰਹਿਣਾ ਹਾਂ ਤੇ ਖੁਸ਼ ਰਹਿਣਾ ਬਸ ਇਹ ਹੈਗਾ ਜੀ ਬਸ ਕਦੀ ਵੀ ਇਹ ਨਹੀਂ ਸੋਚਿਆ ਨਹੀਂ ਕਦੀ ਨੈਗੇਟਿਵ ਨਹੀਂ ਹੋਇਆ ਜੀ ਵੈਰੀ ਨਾਈਸ ਤੇ ਹੁਣ ਪੂਰਾ ਸੈਟੀਸਫਾਈਡ ਹਾਂ ਆਪਣੀ ਲਾਈਫ ਤੋਂ ਹਾਂਜੀ ਸੈਟੀਸਫਾਈਡ ਹਾਂ ਜੀ ਗੋਲ ਤੇ ਹਮੇਸ਼ਾ ਕਦੇ ਰੁਕਦੇ ਨਹੀਂ ਆ ਸਪੈਸ਼ਲੀ ਮੇਰੇ ਤੇ ਰੁਕ ਸਕਦੇ ਹੈਰੀ ਦੇ ਕਦੇ ਵੀ ਨਹੀਂ ਰੁਕ ਸਕਦੇ ਹੀ ਇਜ਼ ਦਾ ਪਰਸਨ ਕਿ ਇਹਨਾਂ ਨੇ ਹਮੇਸ਼ਾ ਹੀ ਸੋਚਣਾ ਹੈਗਾ ਆ ਕਰਨਾ ਕਿ ਆ ਕਰਨਾ ਜੀ 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 ਭਾਈ ਫਿਰ ਕੀ ਹੋਰ ਤੁਹਾਡੇ ਅਗਲੇ ਗੋਲ ਕੀ ਨੇ ਵੀ ਕੀ ਕਰਨਾ ਚਾਹੁੰਦੇ ਤੁਸੀਂ ਹੋਰ ਅੱਗੇ ਜ਼ਿੰਦਗੀ 'ਚ ਬਸ ਇਹੀ ਆ ਵੀ ਜਿੱਦਾਂ ਕਹਿ ਲਓ ਵੀ ਕਾਂਗ ਆਪਣਾ ਕੋਈ ਕੰਮ ਦੇਖਾਂਗੇ ਜਿੱਦਾਂ ਫ੍ਰੈਂਚਾਈਜ਼ ਆ ਚਲੋ ਥੋੜ੍ਹਾ ਜਿਹਾ ਇਹ ਹੈਗਾ ਵੀ ਸਾਨੂੰ ਐਡਵਰਟਾਈਜ਼ ਨਹੀਂ ਕਰਨਾ ਪੈਂਦਾ ਜਾਂ ਕੁਛ ਹੈ ਨਾ ਤੇ ਲੇਕਿਨ ਮੈਂ ਇਹ ਚਾਹੁੰਦਾ ਸੀ ਕੋਈ ਆਪਣਾ ਬਿਜ਼ਨਸ ਖੋਲ੍ਹਾਂ ਮੈਂ ਬਾਅਦ 'ਚ ਇਕਦਾਂ ਦੇਖੋ ਆਪਣਾ ਤੁਸੀਂ ਰੋਜ਼ਗਾਰ ਤੋਰਦੇ ਹੋ ਮੁੜ ਕੇ ਤੁਸੀਂ ਕਿੰਨਿਆਂ ਲੋਕਾਂ ਲਈ ਹਨਾ ਰੋਜ਼ਗਾਰ ਦਾ ਸਾਧਨ ਬਣ ਜਾਂਦੇ ਹੋ ਤੁਹਾਡੇ ਕੋਲ ਕਿੰਨੇ ਲੋਕ ਆਉਣਗੇ ਰੋਜ਼ਗਾਰ ਲੈਣ ਲਈ ਸੋ ਇਹ ਬੜਾ ਵਧੀਆ ਵਰਤਾਰਾ ਕਿ ਇੱਕ ਤੁਸੀਂ ਆਪ ਮਿਹਨਤ ਕਰ ਰਹੇ ਹੋ ਦੂਜਾ ਲੋਕਾਂ ਨੂੰ ਦੇ ਰਹੇ ਹੋ ਹਾਂਜੀ ਉਹਦੇ ਵਿੱਚ ਵੀ ਕਹੋ ਕਿ ਬਹੁਤ ਯੂਨੀ ਸਟੂਡੈਂਟਸ ਕਹਿ ਲਓ ਇੱਥੇ ਦੇ ਵੀ ਬੱਚੇ ਕਹਿ ਲਓ ਜਿਹੜੇ ਜੂਨੀਅਰ ਸਟੂਡੈਂਟ ਹੈਗੇ ਆ ਹਨਾ ਤੁਸੀਂ ਵੀ ਸਟੂਡੈਂਟ ਦੀ ਲਾਈਫ ਦੇਖੀ ਹੋਈ ਹੈ ਹਨਾ ਕਿੰਨਾ ਸਟਰਗਲ ਕਰਨਾ ਪੈਂਦਾ ਸਟੂਡੈਂਟਸ ਨੂੰ ਬਸ ਉਹ ਜ਼ਰੂਰੀ ਹੈ ਉਹ ਤੁਸੀਂ ਜੇ ਉਸ ਲਾਈਫ ਨੂੰ ਆਪਣੀ ਨੂੰ ਹਮੇਸ਼ਾ ਯਾਦ ਰੱਖ ਕੇ ਨਾਲ ਚੱਲੋ ਤੁਸੀਂ ਫਿਰ ਜਿੱਦਾਂ ਕਿਸੇ ਨੂੰ ਟ੍ਰੀਟ ਕਰਦੇ ਆ ਜਾਂ ਜਿੱਦਾਂ ਤੁਸੀਂ ਕਿਸੇ ਨੂੰ ਹਮੇਸ਼ਾ ਤੁਹਾਨੂੰ ਯਾਦ ਰਹਿੰਦੀ ਆ ਉਹ ਚੀਜ਼ ਹਨਾ ਤੁਸੀਂ ਕਿਸੇ ਨੂੰ ਮੋਟੀਵੇਟ ਕਰਦੇ ਆ ਜਿੱਦਾਂ ਹੁਣ ਮੈਂ ਆਪਣੇ ਬੌਸ ਕੋਲ ਕੰਮ ਕਰਦਾ ਸੀਗਾ ਔਰ ਮੈਨੂੰ ਉਹਨਾਂ ਨੇ ਮੈਨੂੰ ਬਹੁਤ ਵਧੀਆ ਟ੍ਰੀਟ ਕੀਤਾ ਵੈਸੇ ਹੁਣ ਜਿੱਦਾਂ ਸਾਡੇ ਕੋਲ ਸਟਾਫ ਕੰਮ ਕਰਦਾ ਟਰਾਈ ਕਰਦੇ ਅਸੀਂ ਵੀ ਉਹਨਾਂ ਨੂੰ ਵਧੀਆ ਟ੍ਰੀਟ ਕਰੀਏ ਜਿੱਦਾਂ ਕਿ ਸਾਰੇ ਜਣ ਕੋ ਹੈਪੀ ਰਹਿਣ ਖੁਸ਼ ਰਹਿਣ ਜੀ ਜੀ ਮੰਮੀ ਪਾਪਾ ਨਾਲ ਰਹਿੰਦੇ ਨੇ ਤੁਹਾਡੇ ਨਹੀਂ ਜੀ ਡੈਡ ਦੀ ਮੇਰੇ ਡੈਥ ਹੋ ਗਈ 2017 ਦੇ ਵਿੱਚ ਓਹੋ ਤੇ ਮੰਮੀ ਨੇ ਉਹ ਇੰਡੀਆ ਨੇ ਅੱਛਾ ਤੇ ਬ੍ਰਦਰ ਮੇਰਾ ਆ ਚੁੱਕੇ ਅੱਛਾ ਅੱਛਾ ਤੇ ਮੰਮੀ ਫਿਰ ਚੱਕਰ ਮਾਰਦੇ ਰਹਿੰਦੇ ਨੇ ਜੀ 3 ਵਾਰੀ ਆ ਚੁੱਕੇ ਵੈਰੀ ਨਾਈਸ ਜੀ ਲੱਗਦਾ ਹੁਣ ਕਰੋਨਾ ਕਰਕੇ ਸਾਰੇ ਹਾਂ ਉਹ ਤਾਂ ਸਟਕ ਹੈ ਜੀ ਸਾਰੇ ਹਾਂ ਦੋਨੋਂ ਮਦਰਸ ਉੱਥੇ ਹੀ ਨਹੀਂ ਕਰੋਨਾ ਕਰਕੇ ਹਾਂਜੀ ਹਾਂਜੀ ਤੇ ਬ੍ਰਦਰ ਵੀ ਇਹਨਾਂ ਦਾ ਛੋਟੇ ਹੁੰਦੇ ਹੀ ਚਲੇ ਗਿਆ ਸੀ ਇੰਗਲੈਂਡ ਓਕੇ 18 ਸਾਲ ਦਾ ਠੀਕ ਹੈ ਇੰਨਾ ਜ਼ਿਆਦਾ ਪਿੱਛੇ ਜਾਂਦਾ ਨਹੀਂ ਹਜੇ ਅੱਛਾ ਤੇ ਹੁਣ ਇੱਥੇ ਕਿੱਥੇ ਰਹਿ ਰਹੇ ਹੋ ਤੁਸੀਂ ਅਸੀਂ ਮੈਂਗੋ ਹਿੱਲ ਚ ਮੈਂਗੋ ਹਿੱਲ ਅੱਛਾ ਨਾਰਥ ਸਾਈਡ ਆਪਣਾ ਘਰ ਲੈ ਲਿਆ ਹੁਣ ਤਾਂ ਤੁਸੀਂ ਹਨਾ ਹਾਂਜੀ ਅਸੀਂ 14 ਚ ਬਿਲਡ ਕੀਤਾ ਸੀ 2014 ਕਾਫੀ ਟਾਈਮ ਹੋ ਗਿਆ ਹਾਂਜੀ 5-6 ਸਾਲ ਹੋ ਗਏ ਅੱਛਾ ਅੱਛਾ ਭਾਈ ਤੁਸੀਂ ਦਾ ਟਰੱਕਿੰਗ ਦੇ ਵਿੱਚ ਹੀ ਰਹੇ ਸ਼ੁਰੂ ਤੋਂ ਹਨਾ ਤੇ ਤੁਹਾਡਾ ਟਰੱਕ ਦਾ ਐਕਸਪੀਰੀਅੰਸ ਕਿੱਦਾਂ ਰਿਹਾ ਲੰਬੇ ਰੂਟ ਹੁੰਦੇ ਸੀਗੇ ਜੀ ਮੈਂ ਟ੍ਰਾਂਸਪੋਰਟ ਦੇ ਮਕਾਇਦ ਹੀ ਜਾਂਦਾ ਹੁੰਦਾ ਸੀ ਅੱਛਾ ਫੋਰ ਨਾਈਟ ਐਵਰੀ ਵੀਕ ਜਾਂਦਾ ਸੀ ਅੱਛਾ ਜੀ ਮੈਂ ਟਰੱਕ 11 ਸਾਲ ਦੇ ਕਰੀਬ ਚਲਾਇਆ 11 ਸਾਲ ਚਲਾਇਆ ਟਰੱਕ ਤੇ ਕਿੰਨੇ ਘੰਟੇ ਦੀ ਸ਼ਿਫਟ ਹੁੰਦੀ ਸੀ ਫਿਰ ਉਹ ਤਾਂ ਕੱਲ ਵੀ 12-13 ਘੰਟੇ ਦੇਖ ਹੁੰਦੀ ਹੈ 12 ਘੰਟੇ ਹੀ ਚਲਾ ਸਕਦੇ ਆਪਾਂ ਆਸਟ੍ਰੇਲੀਆ ਤੇ ਆਪਣੇ ਨੀਂਦ ਨੂੰ ਤਾਂ ਨਹੀਂ ਕੋਈ ਇਹ ਜਿਹਾ ਇਨਸੀਡੈਂਟ ਤਾਂ ਨਹੀਂ ਵਾਪਰਿਆ ਕਿਉਂਕਿ ਇੰਨਾ ਟਾਈਮ ਚਲਾ ਕੇ ਆਬਵੀਅਸਲੀ ਨੀਂਦ ਆਉਂਦੀ ਹੈ ਨਾ 12-12 ਘੰਟੇ ਟਰੱਕ ਚਲਾਣਾ ਤੇ ਨੀਂਦ ਨਹੀਂ ਆਉਂਦੀ ਸੀ ਟਰੱਕ ਦੇ ਵਿੱਚ ਫਿਰ ਨੀਂਦ ਕਿੱਥੇ ਆਉਣ ਦਿੰਦੇ ਆ ਜੀ ਡਾਲਰਸ ਅੱਛਾ ਇੱਕ ਤਾਂ ਇਹਦਾ ਵੀ ਕਹਿ ਲਓ ਵੀ ਮੈਨੂੰ ਜੌਬ ਵੀ 8-9 ਮਹੀਨੇ ਬਾਅਦ ਮਿਲੀ ਸੀ ਪਰ ਮੈਂ ਬਿਲਕੁਲ
ਫਿਰ ਡੈਡੀਕੇਸ਼ਨ ਪੂਰੀ ਹੈ ਵੀ ਕੰਮ ਕਰਨਾ ਹੀ ਕਰਨਾ ਹੈ ਕੰਮ ਕਰਨਾ ਹੈ ਜੀ ਇਸ ਕਰਕੇ ਹੀ ਮੈਂ ਕੰਟੀਨਿਊ ਲੱਗਾ ਰਿਹਾ ਤੁਹਾਨੂੰ ਇੰਗਲਿਸ਼ ਦੀ ਪ੍ਰੋਬਲਮ ਤਾਂ ਨਹੀਂ ਆਈ ਕਮਿਊਨੀਕੇਸ਼ਨ ਦੀ ਜਦੋਂ ਥੋੜੀ ਬਹੁਤ ਸੀਗੀ ਹੈ ਮੇਰੀ ਕੰਪਨੀ ਚਾਈਨੀ ਸੀਗੀ ਜੀ ਚਾਈਨੀਜ਼ ਓ ਮਾਈ ਗੋਡ ਅੱਛਾ ਜੀ ਜੀ ਵਾਲਾ ਕੋਈ ਮੈਨੂੰ ਫਰਕ ਨਹੀਂ ਪਿਆ ਉਹਦਾ ਜਿੰਨੀ ਕੋ ਉਹਨਾਂ ਨੂੰ ਆਂਦੀ ਸੀ ਉਹਨੀ ਕਹਿ ਰਹੀ ਹੋਈ ਆਂਦੀ ਸੀ ਸਮਝਾ ਲੈਂਦੇ ਸੀ ਸਮਝਾ ਅੱਛਾ ਆਲਰਾਈਟ ਚਲੋ ਵਧੀਆ ਕੋਈ ਇੱਧਰ ਆ ਕੇ ਕਿਉਂਕਿ ਕਲਰ ਕੰਬੀਨੇਸ਼ਨ ਦਾ ਬਹੁਤ ਫਰਕ ਪੈਂਦਾ ਬਾਹਰਲੇ ਮੁਲਕਾਂ ਚ ਆ ਕੇ ਡਿਸਕ੍ਰਿਮੀਨੇਸ਼ਨ ਦਾ ਆਪਾਂ ਨੂੰ ਸਾਹਮਣਾ ਕਰਨਾ ਪੈਂਦਾ ਕੋਈ ਇਹੋ ਜਿਹਾ ਇਨਸੀਡੈਂਟ ਤਾਂ ਨਹੀਂ ਹੋਇਆ ਨਹੀਂ ਇਹੋ ਜਿਹਾ ਤਾਂ ਨਹੀਂ ਹੋਇਆ ਕਿਉਂਕਿ ਮੈਂ ਮੋਸਟਲੀ ਮੈਂ ਲੋਕਲ ਰਿਹਾ ਨਹੀਂ ਆ ਕੰਟਰੀ ਸਾਈਡ ਹੀ ਜਾਂਦੇ ਰਹੇ ਆਪਾਂ ਕੋਈ ਜਿਲ੍ਹੇ ਵਿੱਚ ਟਰੱਕ ਦੇ ਵਿੱਚ ਜਾਂਦੇ ਕੋਈ ਵਾਲਾ ਵਾਹ ਨਹੀਂ ਪੈਂਦਾ ਸਿਰਫ ਇੱਕ ਰੋਡ ਸਟੇਸ਼ਨ ਤੇ ਹੁੰਦਾ ਸੀ ਅੱਛਾ ਜੀ ਇੱਧਰ ਆ ਕੇ ਅਜਿਹਾ ਕਦੇ ਮਹਿਸੂਸ ਹੋਇਆ ਕਿ ਬਾਹਰਲੇ ਮੁਲਕ ਨਹੀਂ ਹੋਣਾ ਚਾਹੀਦਾ ਸੀਗਾ ਇੰਡੀਆ ਰਹਿੰਦੇ ਖੁਸ਼ ਹੋਏ ਹੋ ਪਹਿਲਾਂ ਤਾਂ ਜੀ 5-7 ਸਾਲ ਤੱਕ ਕੰਮੇ ਕੀਤਾ ਜੀ ਹੁਣ ਮੜਿਆ ਕੁਛ ਹੋਣ ਲੱਗੇ ਨਹੀਂ ਆਈ ਥਿੰਕ ਜਿਸ ਦਿਨ ਸਾਡੀ ਪੀਆਰ ਆਈ ਸੀਗੀ ਹਾਂਜੀ ਹਾਂਜੀ ਪੀਆਰ ਆਈ ਸੀਗੀ ਹਾਂਜੀ ਉਸ ਦਿਨ ਇਹਦੇ ਟਰੱਕ ਤੇ ਸੀਗੇ ਹਾਂ ਫਿਰ ਟਰੱਕ ਤੇ ਚੀਕਾਂ ਮਾਰਦੇ ਸੀ ਇਹ ਅੱਛਾ ਟਰੱਕ ਦੇ ਮਾਰੀ ਬੜਕਾ ਫਿਰ ਬੜਕਾ ਮਾਰੀ ਜੀ ਪੂਰੀ ਹਾਂਜੀ ਪੀਆਰ ਹੋ ਗਿਆ ਜੀ ਸਟੇਡੀਅਮ ਜੀ ਕੀ ਆ ਜੀ ਬਾਤ ਹੈ ਅੱਛਾ ਦੈਟਸ ਨਾਈਸ ਅੱਛਾ ਜੀ ਪੀਆਰ ਜਦੋਂ ਆਈ ਸੀ ਬੱਚੇ ਹੈਗੇ ਸੀ ਉਦੋਂ ਤੁਹਾਡੇ ਕੋਲੇ ਇੱਕ ਬੱਚਾ ਸੀਗਾ ਜੀ ਅਭਿਜੀਤ ਅੱਛਾ ਇੱਕ ਬਾਅਦ ਪੀਆਰ ਤੋਂ ਬਾਅਦ ਹੋਇਆ ਜੀ ਇੱਕ ਪੀਆਰ ਤੋਂ ਬਾਅਦ ਹੋਇਆ ਅੱਛਾ ਫਿਰ ਕਿੱਦਾਂ ਉਹਨਾਂ ਨੂੰ ਸਾਰਿਆਂ ਨੂੰ ਤੁਹਾਨੂੰ ਇਕੱਠਿਆਂ ਨੂੰ ਪੀਆਰ ਮਿਲ ਗਈ ਸੀ ਵੈਸੇ ਨਹੀਂ ਸਾਡੇ ਜਿਹੜੇ ਬੜੇ ਹਾਂਜੀ ਉਹ ਬੜੇ ਮੁੰਡੇ ਨੂੰ ਮਿਲ ਗਈ ਸੀਗੀ ਜੀ ਨਾਲ ਹੀ ਮਿਲ ਗਈ ਸੀ ਬਸ ਹਾਂਜੀ ਫਿਰ ਛੋਟੇ ਨੂੰ ਤਾਂ ਸਿਟੀ ਚ ਨਹੀਂ ਸੀਗਾ ਜੀ ਉਹ ਜਦੋਂ ਕਹਿ ਲਓ ਵੀ ਤੁਸੀਂ ਕਹਿ ਲਓ ਵੀ ਗੈਪ ਨਹੀਂ ਹੈਗਾ ਜਿਹੜੇ ਮੋਸਟਲੀ ਜਿਹੜੇ 2009-08 ਦੇ ਵਿੱਚ ਆਏ ਨੇ ਉਹਨਾਂ ਦਾ ਇੱਕ ਬੇਟਾ ਪਹਿਲਾਂ ਹੋਇਆ ਉਹ ਤੁਸੀਂ ਦੇਖ ਲਓ ਵੀ ਕੋਈ ਵੀ ਕਪਲ ਆ ਉਹਨਾਂ ਦਾ ਨਾ ਇੱਕ ਬੇਟਾ ਵੱਡਾ ਹੈ ਇੱਕ ਬੇਟੀ ਵੱਡੀ ਹੈ ਇੱਕ ਛੋਟਾ ਹੈ ਪਰ ਉਹ ਇੱਕ ਕਹਿ ਲਓ ਵੀ 5 ਸਾਲ ਜਿਹੜਾ ਗੈਪ ਆ ਉਹ ਇੱਕ ਪੀ ਆਰ ਤੋਂ ਪਹਿਲਾਂ ਆ ਇੱਕ ਜਦੋਂ ਸਿਟੀ ਜਨ ਮਿਲਦੀ ਉਹ ਤੋਂ ਬਾਅਦ ਮੇ ਵੀ ਆ ਜੀ ਮੋਸਟਲੀ ਪੀ ਆਰ ਪ੍ਰੋਡਕਸ਼ਨਸ ਹੈ ਅੱਛਾ ਇੱਕ ਪੀ ਆਰ ਸੀ ਇੱਕ ਸਿਟੀਜ਼ਨ ਸੀਗਾ ਉਹ ਕਹਿ ਸਕਦੇ ਜੀ ਇਹ ਮੁੰਡਾ ਪੀ ਆਰ ਤੋਂ ਪਹਿਲਾਂ ਦਾ ਆ ਸਿਟੀ ਜਨ ਹੈ ਜੀ ਅੱਛਾ ਆਲ ਗੁੱਡ ਅੱਛਾ ਪ੍ਰੋਗਰਾਮ ਦਾ ਜਿਹੜਾ ਸਮਾਂ ਬਹੁਤ ਛੇਤੀ ਛੇਤੀ ਲੰਘ ਰਿਹਾ ਪਰ ਤੁਸੀਂ ਦੋਨਾਂ ਨੇ ਕਰਵਾਈ ਹੋਈ ਹੈ ਜੀ ਲਵ ਮੈਰਿਜ ਜੀ ਤੁਹਾਡੇ ਤੋਂ ਮੈਂ ਕੁਝ ਪੁੱਛਣੇ ਸਵਾਲ ਸੋ ਰੈਡੀ ਰਹੋ ਹਾਂਜੀ ਐਂ ਦੱਸੋ ਤੁਹਾਨੂੰ ਇਹਨਾਂ ਚ ਕਿਹੜੀ ਕੁਆਲਿਟੀ ਪਸੰਦ ਸੀਗੀ ਜਿਹੜੀ ਹਾਂ ਕਰਦੀ ਸੀਗੀ ਬਸ ਖੁਸ਼ ਰਹਿੰਦੇ ਸੀ ਹਮੇਸ਼ਾ ਪੋਜ਼ਿਟਿਵ ਬਹੁਤ ਸੀ ਬਸ ਹਾਂ ਚਮਕ ਵੀ ਮਾਰ ਗਈ ਚਮਕ ਮਾਰ ਗਈ ਹਾਂਜੀ ਇਹ ਤੇ ਕਹਿ ਸਕਦੇ ਆ ਤੁਸੀਂ ਬਸ ਮੈਂ ਕਿਹਾ ਮੁੰਡਾ ਸੋਹਣਾ ਬਹੁਤ ਹੈ ਸੋਹਣਾ ਸੋਹਣਾ ਪਣ ਮਾਰ ਗਿਆ ਤੇ ਮੁੰਡੇ ਤੁਹਾਨੂੰ ਕੁੜੀ ਚ ਕੀ ਦਿਖਿਆ ਮੈਂ ਤਾਂ ਜਦੋਂ ਇਹਨਾਂ ਨੂੰ ਵਿਆਹ ਦੇ ਵਿੱਚ ਦੇਖਿਆ ਸੀਗਾ ਨਾ ਤੇ ਖਾ ਰਹੇ ਸੀਗੇ ਪਲੇਟ ਦੇ ਵਿੱਚ ਅੱਛਾ ਤੇ ਉਹ ਪਕੌੜੇ ਖਾ ਰਹੇ ਸੀ ਮੈਂ ਬਹੁਤ ਹੌਲੀ ਹੌਲੀ ਖਾ ਰਿਹਾ ਮੈਂ ਕੁੜੀ ਧੀਰਜ ਵਾਲੀ ਲੱਗਦੀ ਮੈਨੂੰ ਅੱਛਾ ਬੰਦਾ ਕਿੱਥੋਂ ਤੋਂ ਕਿੱਥੇ ਸੋਚਦਾ ਹੈ ਨਾ ਮੈਂ ਕਹਿ ਸਕਦੇ ਤੁਸੀਂ ਪੂਰੀ ਅੱਖ ਤੇਜ਼ ਹੈ ਮੁੰਡੇ ਦੀ ਹੈ ਨਾ ਪਾਰਕੂ ਤਾਈ ਉਹ ਟਰੱਕ ਡਰਾਈਵਰ ਬਣਿਆ ਸੀ ਇਸੇ ਲਈ ਬਣਿਆ ਟਰੱਕ ਡਰਾਈਵਰ ਬਿਲਕੁਲ ਜੀ ਅੱਛਾ ਤੁਹਾਨੂੰ ਇਹਨਾਂ ਦਾ ਇੱਕ ਕਲਰ ਦੱਸੋ ਜਿਹੜਾ ਬਹੁਤ ਪਸੰਦ ਆ ਇਹਨਾਂ ਨੂੰ ਬਲੈਕ ਕਲਰ ਪਸੰਦ ਹੈ ਦੱਸੋ ਜੀ ਸੱਚ ਹੈ ਜੀ ਅਰੇ ਵਾਹ ਕੀ ਬਾਤ ਹੈ ਤੇ ਤੁਸੀਂ ਦੱਸੋ ਹੁਣ ਉਹਨਾਂ ਨੂੰ ਕਿਹੜਾ ਵਾਈਟ ਕਲਰ ਬਲੈਕ ਕਲਰ ਬਹੁਤ ਅੱਛਾ ਵਾਈਟ ਤੇ ਬਲੈਕ ਕਲਰ ਸੱਚ ਹੈ ਜੀ ਉੱਥੇ ਗਰਾਰੀ ਅੜ ਜਾਂਦੀ ਹਾਂਜੀ ਤੇ ਕੀ ਖਾਣਾ ਪਸੰਦ ਹੈ ਕਿਤੇ ਪਕੌੜੇ ਨਾ ਕਹਿ ਦੇ ਹੁਣ ਕਿਹਨਾਂ ਇਹਨਾਂ ਨੂੰ ਹਾਂ ਇਹਨਾਂ ਜੋ ਮਰਜ਼ੀ ਦੇ ਦੋ ਜੀ ਇਹ ਖਾ ਲੈਂਦੇ ਸਭ ਕੁਝ ਸੇ ਤਾਂ ਲੱਗਦਾ ਨਹੀਂ ਸਰ ਨਹੀਂ ਜੀ ਖਾਂਦੇ ਪੀਂਦੇ ਘਰ ਦੀ ਕੁੜੀ ਹੈ ਲੈ ਦੋਗੀ ਤੁਸੀਂ ਤਾਂ ਸਭ ਆਪੀ ਇਹ ਜ਼ਿਆਦਾ ਨੌਨ ਵੈਜ ਪਸੰਦ ਕਰਦੇ ਆ ਅੱਛਾ ਦੈਟਸ ਨਾਈਸ ਇਹਨਾਂ ਦੀ ਪਿੱਛੇ ਵੀ ਫੈਮਿਲੀ ਜਦੋਂ ਸਾਡਾ ਵਿਆਹ ਹੋਇਆ ਸੀਗਾ ਇਹਨਾਂ ਦਾ ਪੋਲਟਰੀ ਫਾਰਮ ਹੁੰਦਾ ਸੀਗਾ ਸੋ ਮੈਨੂੰ ਲੱਗਦਾ ਇਹ ਘਰੇ ਹੀ ਕਰ ਲੈਂਦੇ ਸੀ ਸਾਰੇ ਕੰਮ ਕੋਈ ਇਹੀ ਜੀ ਕੁਆਲਿਟੀ ਦੱਸੋ ਜਿਹੜੀ ਪਸੰਦ ਨਹੀਂ ਆ ਮੈਨੂੰ ਪਸੰਦ ਨਹੀਂ ਇਹਨਾਂ ਦੀ ਕੁਆਲਿਟੀ ਹਾਂ ਕੁਆਲਿਟੀ ਆਈ ਮੀਨ ਜੋ ਵੀ ਕਹਿ ਲੋ ਉਹਨੂੰ ਮੈਂ ਕੁਆਲਿਟੀ ਦਾ ਹੀ ਨਾਂ ਦੇ ਰਹੀ ਹਾਂ ਉਹ ਤੁਸੀਂ ਇੱਕ ਹੀ ਪੁੱਛਣੀ ਹੈ ਮਾਈ ਗੋਡ ਭਾਜੀ ਹੈ ਹੁਣ ਕੋਟ ਥੱਲੇ ਨੂੰ ਇਹ ਕਰਨਾ ਸ਼ੁਰੂ ਕਰ ਦਿਓ ਕਿਉਂਕਿ ਲੱਗਦਾ ਹੈ ਝੜੀ ਲੱਗਣੀ ਇੰਟਰਵਿਊ ਕਰਕੇ ਘਰ ਜਾਣਾ ਹਾਂਜੀ ਹਾਂਜੀ ਨਹੀਂ ਬਸ ਬਹੁਤ ਵਧੀਆ ਨੇ ਕੋਆਪਰੇਟਿਵ ਨੇ ਬਸ ਇਹਨਾਂ ਨੂੰ ਗੁੱਸਾ ਬਹੁਤ ਆਉਂਦਾ
अच्छा लगदे तो है नहीं देखण नु ओ बस यही चीज जेड़ी आ ओ मेनू किल करदी कि सारे नु ए देखण नु बड़े लगदे ने काम पर इना दा जेड़ा गुस्सा आ उनां नु बहुत गुस्सा आंदा अच्छा ए भी हैगा कि गुस्सा बस एक सेकंड च इत्थे हुंदा ते दूसरे च इत्थे हुंदा इट्स लाइक माइंड ब्लोइंग अच्छा एकदम ही ऊपर एकदम ही पारा थल्ले है चलो कोई नहीं वॉक आउट कर दिया करो ना कि कहंदे ने सदन चो वॉक आउट करना चंगा हुंदा जदों गर्म हो जवे साडे जदों ए ट्रक चलांदे सीगे इन्हां ने ट्यूसडे वेंसडे थर्सडे आना काम करना सीगा ते फ्राइडे घरे आंदे हुंदे सीगे कई बारी सैटरडे आंदे सीगे सो बच्चियां नू कहना पैंदा सीगा कि मेक श्योर तुसी जिन्ना च डैडी ने एक घंटा अपना स्लीप नहीं लैनी तुसी लागे नहीं जाना ओ माय गॉड जे ओ स्लीप नहीं लई गई तां इट मीन साडा सारा वीकेंड खराब आ फ्रीजर बहुत ज्यादा फिर हुंदा भी जो घर वापस आना है 12-13 घंटे ड्राइव करके एक घंटा स्लीप कर लो जदो मदर इन लॉ मेरे आए हुए सीगे ते हुण मम्मी नूं पता नहीं सीगा ते ए सुते नहीं समहाउ जो भी होया मैं मम्मी नूं मम्मी कड़ाका ना करो मम्मी होली ला लो टीवी मम्मी कहिंदे तू बड़ा इहदे तों डरदी आ ते मम्मी ने अपना जो भी देखदे सी देखी गए जदों ए उठे उठदे सारी इहनूं होली नहीं होया इह नहीं होया ते मम्मी कहिंदे वगाड़िया होया मम्मी कहिंदे वगाड़िया होया सानूं ठेका लगे सोणा उप सो So basically ਕਿ ਹੋ ਜਾ ਫੀਲ ਹੁੰਦਾ ਸੀ ਤੁਹਾਨੂੰ ਬਹੁਤ ਸੁਣਦੇ ਆ ਇਹ ਸੋਹਣਾ ਲਾਈਕ ਕਰਦੇ ਬਹੁਤ ਵਧੀਆ ਫੀਲ ਹੁੰਦਾ ਸੀ ਸੋਹਣਾ ਲਾਈਕ ਕਰਦੇ ਆ ਸੋਹਣਾ ਵੀ ਬਹੁਤ ਲਾਈਕ ਕਰਦੇ ਚਲੋ ਇਹ ਤਾਂ ਕੋਈ ਨਹੀਂ ਤੇ ਹੁਣ ਤੁਹਾਡੀ ਵਾਰੀ ਆ ਜੀ ਮੜਾ ਇੱਧਰ ਵੀ ਚਾਨਣਾ ਪਾਇਓ ਦੇਖ ਕੇ ਚਾਨਣਾ ਪਾਉਂਦੇ ਚਾਨਣਾ ਜਿੱਦਾਂ ਭਾਬੀ ਨੇ ਪਾਇਆ ਇਹਨਾਂ ਕੋ ਪੁੱਛੇ ਮੁੜ ਕੇ ਘਰ ਵੀ ਜਾਣਾ ਰੋਟੀ ਹਾਂਜੀ ਆਉਣ ਦਿਓ ਤੁਹਾਨੂੰ ਕਿਹੜੀ ਚੀਜ਼ ਨਹੀਂ ਪਸੰਦ ਮੇਰੇ ਚ मतलब के कुछ भी आ सकता बाहर जज्बात के लिए आ जाते बाहर डुल के पै जाते ना फिर कंट्रोल करने औखे हो जाएंगे ਨਹੀਂ ਚਲੋ ਕੋਈ ਨੀ ਅੱਜ ਪੁੱਛ ਅੱਜ ਦੱਸ ਦੋ ਦੱਸ ਹੀ ਦੋ ਕੋਈ ਨੀ ਅੱਜ ਤੇ ਦਿਮਾਗ ਦੇ ਦੋ ਬਿਆ ਤੁਸੀਂ ਹੁਣ ਕਾਹਨੂੰ ਮੇਰੇ ਖਰਾਬ ਕਰੋ ਬਸ ਰਹਿਣ ਦੇ ਛੇੜ ਨਾ ਦਰਦਾਂ ਨੂੰ ਹਾਂ ਭਾਈ ਤੁਸੀਂ ਇੰਨਾ ਹਸਾਇਆ ਮੈਨੂੰ ਮੇਰੇ ਨਾ ਗੱਲਾਂ ਦੁਖਣ ਲੱਗ ਗਈਆਂ ਹੱਡੀਆਂ ਹੱਸ ਹੱਸ ਕੇ ਨਾ ਥੈਂਕ ਯੂ ਸੋ ਮਚ ਬਸ ਇਹੀ ਹੈ ਖੁਸ਼ ਰਹਿੰਦੇ ਨੇ ਹਾਂਜੀ ਖੁਸ਼ ਰਹਿੰਦੇ ਨੇ ਦੂਜੇ ਨੂੰ ਵੀ ਰੱਖਦੇ ਆ ਹਨਾ ਦੂਜੇ ਨੂੰ ਵੀ ਰੱਖਦੇ ਆ ਹਾਂਜੀ ਦੂਜੇ ਨੂੰ ਰੱਖਦੇ ਬਾਕੀ ਤਾਂ ਹੀ ਤੁਹਾਡੀ ਸਿਹਤ ਦਾ ਦੇ ਕੇ ਤੁਹਾਨੂੰ ਭਾਜੀ ਨੇ ਪੂਰਾ ਹਸਾ ਕੇ ਰੱਖਿਆ ਹੋਇਆ ਸਾਡੇ ਮੇਰੀਆਂ ਹਸਾ ਕੇ ਵੀ ਰੱਖਿਆ ਖਲਾ ਕੇ ਵੀ ਰੱਖਿਆ ਖਲਾ ਕੇ ਵੀ ਰੱਖਿਆ ਨਹੀਂ ਇਹ ਤਾਂ ਬਿਲਕੁਲ ਸਹੀ ਗੱਲ ਆ ਨਹੀਂ ਕੋਆਪਰੇਟ ਤੇ ਪੂਰਾ 100% ਕੋਆਪਰੇਟ ਹੋ ਤੇ ਹੈ ਹੀ ਨਹੀਂ ਆ ਕੁਝ ਵੀ ਉਹੀ ਆ ਵੀ ਮੈਂ ਪਹਿਲੇ ਵੀ ਆਈ ਥਿੰਕ ਗੱਲ ਕਰਦੀ ਸੀਗੀ ਕਿ ਹਸਬੈਂਡ ਵਾਈਫ ਦੇ ਦੋਨਾਂ ਦੇ ਮਿਊਚੁਅਲ ਅੰਡਰਸਟੈਂਡਿੰਗ ਤੋਂ ਬਿਨਾ ਕੋਆਪਰੇਸ਼ਨ ਤੋਂ ਬਿਨਾ ਤੁਸੀਂ ਕੁਝ ਨਹੀਂ ਕਰ ਸਕਦੇ ਬਿਲਕੁਲ ਹੁਣ ਜੇ ਇੱਕ ਹਸਬੈਂਡ ਆ ਜਾਂ ਵਾਈਫ ਆ ਕਿੱਥੇ ਜਾਣਾ ਚਾਹੁੰਦੀ ਦੂਜਾ ਸੋਚਣਾ ਨਹੀਂ ਚਾਹੁੰਦਾ ਔਰ ਉਹਨੂੰ ਵੀ ਕਰਨ ਨਹੀਂ ਦੇਣਾ ਚਾਹੁੰਦਾ ਫਿਰ ਉੱਥੇ ਬਹੁਤ ਕਲੈਸ਼ਸ ਆ ਜਾਂਦੇ ਆ ਉੱਥੇ ਵੀ ਤੁਸੀਂ ਐਜ਼ ਅ ਫੈਮਿਲੀ ਗਰੋ ਕਰ ਹੀ ਨਹੀਂ ਪਾਉਂਦੇ ਜੇ ਕੋਈ ਵੀ ਤੁਸੀਂ ਐਜ਼ ਅ ਫੈਮਿਲੀ ਗਰੋ ਕੀਤੇ ਆ ਜਾਂ ਤੁਸੀਂ ਕਰ ਰਹੇ ਆ ਇਸ ਬਿਕੋਜ਼ ਆਫ ਬੋਥ ਆਫ ਯੂ ਐਂਡ ਯੂਰ ਕਿਡਸ ਹਨਾ ਕਿੰਨਾ ਬੱਚੇ ਵੀ ਸਟਰਗਲ ਕਰਦੇ ਆ ਤੁਹਾਡੀ ਸਟਰਗਲ ਦੇ ਵਿੱਚ ਬੱਚੇ ਵੀ ਸਟਰਗਲ ਕਰਦੇ ਜੀ ਬਿਲਕੁਲ ਤੁਹਾਡੀਆਂ ਹੁਣ ਅਸੀਂ ਟੀਵੀ ਤੇ ਵੀ ਦੇਖਦੇ ਹਾਂ ਹਨਾ ਇੰਡੋਸ ਟੀਵੀ ਦੇ ਤੁਹਾਡੇ ਪਰਦੇਸੀ ਪੰਜਾਬ ਦਾ ਸ਼ੋਅ ਦੇਖਦੇ ਸੀਗੇ ਤੇ ਉਹਦੇ ਵਿੱਚ ਵੀ ਦੇਖ ਲਓ ਕਿੰਨੇ ਜਿਨ੍ਹਾਂ ਦੀ ਸਟਰਗਲ ਦਿਖਾਈ ਹੈਗੀ ਆ ਉਹਨਾਂ ਤੋਂ ਤੁਸੀਂ ਇਹੀ ਸਿੱਖਦੇ ਆ ਕਿ ਉਹਨਾਂ ਨੇ ਵੀ ਇੱਕ ਟਾਈਮ ਤੇ ਬੱਚਿਆਂ ਦੇ ਨਾਲ ਬਹੁਤ ਸਟਰਗਲ ਕੀਤੀ ਬਹੁਤ ਜ਼ਿਆਦਾ ਜੀ ਬਿਲਕੁਲ ਹਨਾ ਤੇ ਉਹ ਸਟਰਗਲ ਦਾ ਕਰਕੇ ਹੀ ਅੱਜ ਉਹ ਇੱਥੇ ਹੈਗੇ ਆ ਕਿਉਂਕਿ ਉਹ ਚੀਜ਼ਾਂ ਚੋਂ ਨਿਕਲੇ ਆ ਬਿਲਕੁਲ ਕਿਉਂਕਿ ਆਪਾਂ ਸਿਰਫ ਕਿਸੇ ਵੀ ਇਨਸਾਨ ਨੂੰ ਉਦੋਂ ਹੀ ਦੇਖਦੇ ਆ ਜਦੋਂ ਉਹ ਰੈਡੀ ਆ ਪਰ ਉਹਦੇ ਪਿੱਛੇ ਕੀ ਸੀਗਾ ਕਿੱਦਾਂ ਕਿੱਦਾਂ ਐਵਰੀ ਸਿੰਗਲ ਡੇ ਕੀ ਜੀ ਸਟਰਗਲ ਹੈ ਬਿਲਕੁਲ ਤੁਸੀਂ ਸਹੀ ਕਿਹਾ ਮਿਹਨਤ ਦੇ ਨਾਲ ਹੀ ਬੰਦਾ ਜਿਹੜਾ ਮੰਜ਼ਲਾਂ ਨੂੰ ਸਰ ਕਰਦਾ ਹੈ ਨਾ ਘਰ ਬੈਠ ਕੇ ਤਾਂ ਕੁਛ ਵੀ ਨਹੀਂ ਹੁੰਦਾ ਬਹੁਤ ਹੀ ਵਧੀਆ ਸਟੋਰੀ ਹੈ ਜੀ ਤੁਹਾਡੀ ਤੇ ਬਹੁਤ ਹੀ ਲਵਲੀ ਕਪਲ ਹੋ ਤੁਸੀਂ ਹੱਸੇ ਖੇਡੇ ਕਰਨੇ ਵਾਲੇ ਤੇ
अच्छा बाबी जी तुसीं मेहनत तो बहुत की इत्थे आके ना स्ट्रगल भी किन्ना किता ते एक तुसीं कह लो भी लोकां दे लई इंस्पीरेशन हो तुसीं खास करके कुड़ियां दे लई जिहड़ियां कहिंदियां ने कि बस घर दे विच ही रहना जां अगे नहीं बधना हैगा बाकी थोड़ी कोऑपरेशन भी बहुत ज्यादा रही है एक दूजे नाल सो ओह कोऑपरेशन नाल ही बंदा अगे वधदा कोई इहो जिहा मैसेज जिहड़ा साडे दर्शकां नूं तुसीं देना चाहो देखो मैं गर्ल्स नूं स्पैशली कुड़ियां नूं बहुत हमेशा सपोर्ट करती हां क्योंकि एक स्नेहा इंटरनेशनल स्टूडेंट्स जिहड़े अपने आंदे आ बच्चियां क्योंकि मैं एक्सपीरियंस च देख रही हां साडे कोल कई काम भी करदे ने बच्चे बच्चियां आंदियां ने उत्थों अपने पेरेंट्स उन्हां दे भेजदे आ उन्हां दे हाई कह लो कि है ना ड्रीम होंदे आ असीं जाके उत्थे आ बनना करना आ पर जिहड़े हुण बच्चे मैं देखदी हां 18-19 साल दीआं कुड़ियां आंदियां आ है ना जिहड़े प्लस 2 तों बाद आंदियां आ ते ओह बच्चियां किते ना किते आ के ਭਟਕ ਜਾਂਦੀਆਂ ਨੇ ਹੈ ਨਾ ਕਿਉਂਕਿ ਉਹ ਉਹਨਾਂ ਦਾ ਮੈਂਟਲ ਲੈਵਲ ਇੰਨਾ ਸਟਰੋਂਗ ਨਹੀਂ ਹੁੰਦਾ ਮੈਂਟਲੀ ਉਹ ਪ੍ਰਪੇਅਰ ਨਹੀਂ ਹੁੰਦੀਆਂ ਵੀ ਇੱਥੇ ਕਿਹੋ ਜਿਹੀ ਲਾਈਫ ਆ ਹੁਣ ਉੱਥੇ ਬੱਚੇ ਐਜੂਕੇਸ਼ਨ 'ਚ ਪੜ੍ਹਦੇ ਆ ਬਹੁਤ ਹੁਸ਼ਿਆਰ ਹੁੰਦੇ ਆ ਸਾਡੇ ਘਰ 'ਚ ਹੀ ਸਾਡੀਆਂ ਨੀਜ ਹੋਣਗੀਆਂ ਭਤੀਜੀਆਂ ਭਾਣਜੀਆਂ ਬੜੇ ਹੁਸ਼ਿਆਰ ਹੁੰਦੇ ਆ ਬੱਚੇ ਬਣ ਲੈਂਦੇ ਪਰ ਇੱਥੇ ਮਾਹੌਲ ਬਹੁਤ ਡਿਫਰੈਂਟ ਆ ਤੁਹਾਨੂੰ ਘਰ ਦੇ ਰੈਂਟ ਵੀ ਚੁੱਕਣੇ ਆ ਤੁਹਾਨੂੰ ਗਰੋਸਰੀਆਂ ਵੀ ਕਰਨੀਆਂ ਆ ਤੁਹਾਨੂੰ ਆਪਣਾ ਟਰੈਵਲ ਐਕਸਪੈਂਸ ਵੀ ਚੱਕਣੇ ਆ ਹੈ ਨਾ ਤੇ ਮੈਂ ਇਹ ਸੁਨੇਹਾ ਦਿੰਦੀ ਹਾਂ ਕਿ ਬੱਚੀਆਂ ਸਟਰੋਂਗ ਹੋ ਕੇ ਆਉਣ ਮੈਂਟਲੀ ਪ੍ਰਪੇਅਰ ਹੋ ਕੇ ਆਉਣ ਤੇ ਪਲੱਸ ਕੋਈ ਵੀ ਏਦਾਂ ਆ ਕੇ ਭਟਕੇ ਨਾ ਹੁਣ ਮੇਰੇ ਕੋਲ 2 ਐਗਜ਼ਾਮਪਲਾਂ ਚਲੋ ਬੱਚੀਆਂ ਦੀਆਂ ਸੀਗੀਆਂ 19 ਈਅਰ ਓਲਡ ਗਰਲ ਹੈ ਨਾ ਜਿਹੜੀ ਕਿ ਹਾਈ ਡ੍ਰੀਮ ਲੈ ਕੇ ਆਈ ਸੀਗੀ ਆਪਣਾ ਸਾਰਾ ਕੁਛ ਪਰ ਉਹ ਕਿਉਂਕਿ ਇਮੋਸ਼ਨਲੀ ਸਟਰੋਂਗ ਨਹੀਂ ਹੁੰਦੀਆਂ ਕਿਤੇ ਨਾ ਕਿਤੇ ਸਿਸਟਮ ਦਾ ਇੰਨਾ ਸਮਝ ਨਹੀਂ ਹੁੰਦੀ ਫਿਰ ਉਹ ਸਹਾਰਾ ਭਾਲਦੇ ਆ ਫਿਰ ਉਹ ਗਲਤ ਰਾਹ ਪੈ ਜਾਂਦੀਆਂ ਫਿਰ ਗਲਤ ਸੰਗਤ ਚ ਚਲੇ ਜਾਂਦੀਆਂ ਨੋਟ ਓਨਲੀ ਆਪਣੀ ਕਮਿਊਨਿਟੀ ਦੂਸਰੀ ਕਮਿਊਨਿਟੀ ਵੀ ਮਤਲਬ ਕਿ ਸਾਰੇ ਬੱਚੇ ਸੇਮ ਹੀ ਆ ਨੇਪਾਲ ਤੋਂ ਬੱਚੇ ਬਹੁਤ ਆਉਂਦੇ ਆ ਸੋ 18 ਸਾਲ ਦੀ ਕੁੜੀ ਸੀ ਆਈ ਥਿੰਕ ਹਾਂਜੀ ਉਹ ਵੀ ਉਹਦੀ ਫੈਮਿਲੀ ਨੇ ਬੜੇ ਪੈਸੇ ਲਾ ਕੇ ਉਹਨੂੰ ਭੇਜਿਆ ਸਾਰਾ ਕੁਛ ਫੈਮਿਲੀ ਗਰੀਬ ਸੀਗੀ ਤੇ ਪਰ ਇੱਥੇ ਆ ਕੇ ਉਹੀ ਫੈਮਿਲੀ ਦਾ ਪ੍ਰੈਸ਼ਰ ਸੀਗਾ ਕਿ ਅਸੀਂ ਪਿੱਛੇ ਕਰਜ਼ਾ ਉਤਾਰਨਾ ਆ ਯੇ ਵੋ ਪਰ ਹੁਣ ਉਹ ਕੁੜੀ ਇੰਨਾ ਕੰਮ ਵੀ ਕਰ ਰਹੀ ਆ ਜੋਬ ਵੀ ਗਿਆ ਹੈ ਨਾ ਸਾਰੀ ਫੀਸਾਂ ਵੀ ਦੇਣੀਆਂ ਆ ਸੋ ਉਹ ਮੇਕ ਨਹੀਂ ਕਰ ਸਕਦੀ ਕਿ ਉਹ ਲੋਨ ਵੀ ਲਾਵੇ ਪਿੱਛੇ ਫਿਰ ਉਹ ਬੱਚੇ ਸਹਾਰਾ ਲੱਭਣ ਲੱਗ ਜਾਂਦੇ ਆ ਫਿਰ ਉਹ ਬੱਚੇ ਗਲਤ ਤੁਰ ਜਾਂਦੇ ਨੇ ਬਿਲਕੁਲ ਤੇ ਉਹੀ ਫਿਰ ਤੁਸੀਂ ਹੈ ਨਾ ਬੋਇਜ਼ ਨੂੰ ਲੱਭਦੇ ਆ ਜਾਂ ਬੋਇਜ਼ ਤੁਹਾਡਾ ਖਰਚਾ ਕਰਦੇ ਆ ਜਾਂ ਜੋ ਵੀ ਆ ਸਾਰੀ ਹੋਲ ਲੋਟ ਸਟੋਰੀ ਡਿਫਰੈਂਟ ਹੋ ਜਾਂਦੀ ਹੈ ਫਿਰ ਕਿਤੇ ਨਾ ਕਿਤੇ ਤੁਸੀਂ ਬਹੁਤ ਅਟੈਚ ਹੋ ਜਾਂਦੇ ਆ ਫਿਰ ਤੁਸੀਂ ਇਮੋਸ਼ਨਲੀ ਵੀ ਡਾਊਨ ਹੋ ਜਾਂਦੇ ਆ ਜਿੱਥੇ ਤੁਹਾਨੂੰ ਮੈਂਟਲੀ ਕੰਮ ਕਰਨ ਦੀ ਲੋੜ ਸੀ ਉੱਥੇ ਇਮੋਸ਼ਨਲੀ ਵੀ ਤੁਸੀਂ ਡਾਊਨ ਹੋ ਗਏ ਹੈ ਨਾ ਮੈਂ ਬਹੁਤ ਸਟਰੋਂਗ ਸੁਨੇਹਾ ਦੇਣਾ ਚਾਹੁੰਦੀ ਹਾਂ ਜਿਹੜੇ ਵੀ ਜਿੱਥੇ ਵੀ ਕਿਤੇ ਕੋਈ ਦੇਖਦਾ ਸ਼ੋ ਹੈ ਨਾ ਤੇ ਜ਼ਰੂਰ ਆਪਣੀਆਂ ਕੁੜੀਆਂ ਨੂੰ ਆਪਣੀਆਂ ਬੱਚਿਆਂ ਨੂੰ ਤੁਸੀਂ ਮੈਂਟਲੀ ਤੌਰ ਤੇ ਪ੍ਰਪੇਅਰ ਕਰਕੇ ਭੇਜੋ ਬਈ ਉਹਨਾਂ ਦੇ ਗੋਲਸ ਕੀ ਹੈਗੇ ਆ ਤੇ ਬਾਕੀ ਇਹ ਹੈਗਾ ਕਿ ਚਲੋ ਤੁਹਾਡੇ ਸ਼ੋਅ ਰਾਹੀਂ ਸੁਨੇਹਾ ਦਿੰਦੀ ਹਾਂ ਕਿ ਆਮ ਆਲਵੇਜ਼ ਹੇਅਰ ਹਨਾ ਗਰਲਸ ਦੇ ਲਈ ਕੋਈ ਇੰਟਰਨੈਸ਼ਨਲ ਸਟੂਡੈਂਟ ਹੈਗਾ ਕੋਈ ਕਿਸੇ ਲਈ ਕੋਈ ਦਿੱਕਤ ਹੈਗੀ ਆ ਮੈਂ ਕਾਰਡ ਆਪਣਾ ਛੱਡ ਕੇ ਜਾਵਾਂਗੀ ਮੈਂ ਹਮੇਸ਼ਾ ਹੀ ਕੁੜੀਆਂ ਨੂੰ ਬਹੁਤ ਸਪੋਰਟ ਜਿਹੜਾ ਹੈਗੀ ਆ ਕਰਦੀ ਆ ਮੇਕ ਸ਼ੋਰ ਕਿ ਦੇ ਡੋਨਟ ਗੋ ਟੂ ਦਾ ਰਾਈਟ ਰੋਂਗ ਵੇ ਠੀਕ ਹੈ ਜੀ ਥੈਂਕ ਯੂ ਸੋ ਮੱਚ ਤੇ ਤੁਸੀਂ ਬਹੁਤ ਹੀ ਚੰਗਾ ਸੁਨੇਹਾ ਦਿੱਤਾ ਕਿਉਂਕਿ ਓਬਵੀਅਸਲੀ ਜਿਹੜੀਆਂ ਕੁੜੀਆਂ ਕੋਲ ਕੋਈ ਸਹਾਰਾ ਨਹੀਂ ਹੁੰਦਾ ਸ਼ਾਇਦ ਕਿਤੇ ਨਾ ਕਿਤੇ ਉਹ ਕਿਸੇ ਦੇ ਬਹਿਕਾਵੇ ਚ ਆ ਕੇ ਗਲਤ ਰਸਤੇ ਅਪਣਾ ਲੈਂਦੇ ਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ